ਲੰਬੇ ਸਿਲਸਿਲੇ ਦੁਆਵਾਂ ਦੇ ਕਬੂਲੀਅਤ ਦੀ ਜਗ੍ਹਾ ਕਬੂਲੀਅਤ ਦੇ ਲਮਹਾਤ ਦੁਆ ਵਿੱਚੋਂ ਅਹਿਮ ਦੁਆ ਹਰ ਮੋਮਨ ਦਿਲ ਦੀ ਸਦਾ ਹਰ ਅਲੀਉਨ ਵਲੀਉਲਾਹ ਪੜਨ ਵਾਲੇ ਦੀ ਹਰ ਪਰੇਸ਼ਾਨੀ ਦਾ ਵਾਹਿਦ ਮਦਾਵਾ ਅਵਿਲ ਵਾਖੇਰ ਮੋਮਿਨੀਨ ਮੋਮਿਨਾਤ ਸੁਨਿ ਸ਼ੀਆ ਭਾਈ ਵਾਜਿਬਨ ਇੱਕ ਸਲਵਾਤ ਇਮਾਮੇ ਜ਼ਮਾਨਾ ਦੀ ਆਮਦੋ ਸਲਾਮ ਆਊਜ਼ ਬਿੱਲਾਹਿ ਮਿਨਸ਼ ਸ਼ੈਤਾਨਿ ਰਜੀਮ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਮਾਸ਼ਾਅੱਲਾਹੁ ਲਾ ਹੌਲਾ ਵਲਾ ਬਿੱਲਾਹਿਲ ਅਲੀਇਲ ਅਜ਼ੀਮ ਅਲਹਮਦੁਲਿਲਾਹਿਲ ਅਜ਼ੀਮ ਵਰਾ ਕੁਲੂਬਨਾ ਬਿਮਸਾਇਬਿਲ ਹੁਸੈਨ ਸਲਵਾਤ أما بعد فقد قال الله تعالى في كتابه المجيد بسم الله الرحمن الرحيم يوم ندعو كل أناس بإمامهم صلوات ਅਹਬਾਬ ਅਹਿਲ ਬੈਤ ਹਾਜ਼ਰੀਨ ਮਜਲਿਸ ਅਹਲੀਆਂ ਨੇ ਵਤਨਾ ਮੇਰੇ ਬਜ਼ੁਰਗਾਨ ਵਾਜਬੁਲ ਇਹਤਰਾਮ ਸਾਦਾਤ ਮੁਮਿਨੀਨ ਮੇਰੇ ਸੁਨਸ਼ੀਆ ਸਹਿਬਾਨ ਮੈਦਾਨੇ ਮਾਸ਼ਰੀ 'ਚ ਹਰ ਇਨਸਾਨ ਨੂੰ ਹਰ ਬੰਦੇ ਨੂੰ ਉਸਦੇ ਇਮਾਮ ਦੇ ਨਾਮ ਨਾਲ ਉਠਾਇਆ ਗਿਆ ਰਵਾਇਤ ਨਹੀਂ ਆਇਤ ਹੈ ਜੀ ਲੰ ਤਜਿਦ ਲੀ ਸੁਨਨਤ ਇਲਾਹ ਤਬਦੀਲਾ ਫੈਸਲਾ ਉਸਦਾ ਹੈ ਜਿਸ ਦਾ ਕਦੀ ਫੈਸਲਾ ਨਹੀਂ ਬਦਲਦਾ ਰਹਿਮਾਨ ਫਰਮਾ ਰਹੇ ਨੇ ਮੇਰਾ ਬੰਦਾ ਤਿਆਰੀ ਕਰਕੇ ਆਵੇਂ ਜਿਸ ਇਮਾਮ ਨੂੰ ਦੁਨੀਆ 'ਤੇ ਦਿੱਲੀ 'ਚ ਵਸਾ ਲੈ ਸੇ ਮੈਦਾਨੇ ਮਾਸ਼ਰੀ ਤੇਰਾ ਹਸ਼ਰ ਨਸ਼ਰ ਉਸ ਇਮਾਮ ਨਾਲ ਯੌਮਾ ਨਦਉ ਕੁੱਲਾ ਉਨਾਸਿਮ ਬੇ ਇਮਾਮਿਹਿਮ ਮੈਂ ਕਿਹਾ ਮਾਲਕ ਤੂੰ ਅਲਾ ਕੁੱਲ ਸ਼ੈਨ ਕਦੀ ਨੇ ਸਵਾ ਲੱਖ ਨਬੀ ਨੇ ਹਰ ਨਬੀ ਦੀ ਉਮਤ ਏ ਮਾਲਕ ਹਰ ਬੰਦੇ ਨੂੰ ਆਪਣੇ ਨਬੀ ਦੇ ਨਾਮ ਨਾਲ ਉਠਾ ਦੇ ਕਿਆ ਮੇਰਾ ਅੱਲਾ ਐਸਾ ਮੁਮਕਿਨ ਨਹੀਂ ਮੈਦਾਨੇ ਮਾਸ਼ਰੀ 'ਚ ਕੋਈ ਉੱਠੇ ਮੂਸਾ ਦਾ ਉਮਤੀ ਬਣ ਕੇ ਕੋਈ ਈਸਾ ਦਾ ਉਮਤੀ ਬਣ ਕੇ ਕੋਈ ਯਾਕੂਬ ਯੂਸਫ ਦਾ ਉਮਤੀ ਮਾਲਕ ਮੈਦਾਨੇ ਮਾਸ਼ਰੀ ਸਨ ਫਖਰ ਹਾਸਲ ਹੋਏਗਾ ਅਸੀਂ ਉਸ ਦੇ ਨਾਮ ਨਾਲ ਉੱਠਾਂਗੇ ਜਿਹਦੇ ਸਦਕੇ 'ਚ ਕਾਇਨਾਤ ਬਣੇ ਕਿਆ ਮਾਲਕ ਨਬੀ ਦੇ ਨਾਮ ਨਾਲ ਉਠਾ ਦੇ ਅਸੀਂ ਮੈਦਾਨੇ ਮਾਸ਼ਰੀ 'ਚ ਆਮ ਇਹਨਾਂ ਦੇ ਲਾਲ ਦੇ ਨਾਮ ਨਾਲ ਖੜੇ ਹੋ ਜਾਈਏ ਆਵਾਜ਼ ਕੁਦਰਤ ਹੀ ਮੇਰਾ ਬੰਦਾ ਮੈਂ ਕਰ ਸਕਦਾ ਅਲਾ ਕੁੱਲ ਸ਼ੈਨ ਕਦੀਰ ਹਾਂ ਅਤੇ ਮੈਂ ਨਬੀ ਦੇ ਨਾਮ ਨਾਲ ਵੀ ਉਠਾ ਸਕਦਾ ਲੇਕਿਨ ਨਹੀਂ ਉਠਾਂਗਾ ਮੈਂ ਇਮਾਮ ਦੇ ਨਾਮ ਮਾਲਕ ਰਾਜ਼ ਕਿਆ ਬਈ ਜਿਹੜੇ ਮੁਤਲਾਸ਼ੀ ਹੱਕ ਮਾਲਕ ਰਾਜ਼ ਕੀ ਹੈ ਨਬੀ ਦੇ ਨਾਮ ਨਾਲ ਨਹੀਂ ਇਮਾਮ ਦੇ ਨਾਮ ਨਾਲ ਕਿਉਂ ਉਠਾਉਣਾ ਫਰਮਾਇਆ ਮੇਰਾ ਬੰਦਾ ਤੂੰ ਚਲਾਕ ਬਹੁਤ ਏ ਮੈਂ ਤੇਰਾ ਖਾਲਿਕ ਹਾਂ ਮੈਂ ਤੈਨੂੰ ਇਸ ਵਾਸਤੇ ਅੱਲਾ ਜ਼ਿੰਦਗੀ ਦਰਾਜ਼ ਕਰੇ ਭਾਈ ਅੱਲਾ ਜ਼ਿੰਦਗੀ ਦਰਾਜ਼ ਕਰੇ ਮੈਂ ਤੈਨੂੰ ਨਬੀ ਦੇ ਨਾਮ ਨਾਲ ਨਹੀਂ ਇਮਾਮ ਦੇ ਨਾਮ ਨਾਲ ਇਸ ਵਾਸਤੇ ਉਠਾਂਗਾ ਦੀਨ ਨਬੀ ਦੇ ਲੈਣਾ ਤੂੰ ਇਮਾਮ ਕੋਲੋਂ ਅੱਲਾ ਜ਼ਿੰਦਗੀ ਦਰਾਜ਼ ਕਰੇ ਅੱਲਾ ਜ਼ਿੰਦਗੀ ਦਰਾਜ਼ ਉਹ ਜਿਸ ਇਮਾਮ ਦੇ ਅੱਖ ਲੱਗ ਕੇ ਦੀਨ ਮੁਸਤਫਾ 'ਤੇ ਅਮਲ ਕਰਨਾ ਹੀ ਉਸ ਇਮਾਮ ਦੇ ਖਾਤੇ ਇਹੀ ਵਜ੍ਹਾ ਵਤਨੇ ਵਾਲਿਓ ਸਾਡਾ ਨਬੀ ਇੱਕ ਏ ਸਾਡੇ ਇਮਾਮ ਜੁਦਾ ਨੇ ਸ਼ੀਆਂ ਦਾ ਇਮਾਮ ਹੋਰ ਏ ਸੁਨੀਆਂ ਦਾ ਹੋਰ ਏ ਅਹਿਲੇ ਹਦੀਸ ਦਾ ਹੋਰ ਏ ਦਿਓਬੰਦ ਬਰੇਲਵੀ ਦਾ ਹੋਰ ਏ ਅਗਰ ਇੱਕੇ ਨਬੀ ਦੇ ਪਿੱਛੇ ਉੱਠ ਜਾਏ ਤਾਂ ਫਿਰ ਪਤਾ ਕਿਵੇਂ ਲੱਗੇ ਨਮਾਜ਼ ਕਿਹਦੀ ਠੀਕ ਆ ਬੋਲੋ ਤੇ ਸਹੀ ਯਾਰ ਮੇਰੇ ਨੂੰ ਰੋਜ਼ਾ ਕਿਹਦਾ ਠੀਕ ਆ ਜੀ ਮਿਹਰਬਾਨੀ
ਇਹ ਵਜ੍ਹਾ ਹੈ ਸਾਡਾ ਇਖਤਲਾਫ ਇਆਲੀ, ਇਖਤਲਾਫ ਮੁਸਲਮਾਨ ਦਾ ਨਬੂਵਤ ਵਿੱਚ ਨਹੀਂ, ਇਮਾਮਤ ਵਿੱਚ ਇਖਤਲਾਫ। ਨਬੀ ਤਾਂ ਸਾਰਿਆਂ ਦਾ ਸਾਂਝਾ, ਇਮਾਮ ਜੁਦਾ ਨੇ। ਜਿਸ ਜਿਸ ਇਮਾਮ ਨੂੰ ਮੰਨ ਲਿਆ ਉਹਦੇ ਖਾਤੇ ਪੈ ਚੁੱਕਾ ਇਨਸਾਨ। ਤਵੱਜੋ ਹੋ ਗਈ, ਮੈਂ ਬਾਤ ਸ਼ੁਰੂ ਕਰਾਂ ਜੀ। ਮੇਰੇ ਸੁਣੀ ਭਾਈ ਅਗਰ ਸੁਣ ਰਹੇ ਨੇ, ਕੱਲ੍ਹ ਮੀਡੀਆ ਸੀ ਡੀ ਉਹਨਾਂ ਤੱਕ ਪਹੁੰਚਾਏ, ਬੈਠੇ ਹੋ, ਸੋ ਬਿਸਮਿਲ੍ਲਾ। ਦਿਲ ਨਹੀਂ ਦੁਖਾਂਗਾ ਮੈਂ ਤੇਰਾ, ਮਜਲਿਸ ਦਿਲ ਦੁਖਾਉਣ ਦਾ ਨਾਂ ਨਹੀਂ, ਹੱਕ ਪਹੁੰਚਾਉਣ ਦਾ ਨਾਂ। ਮੈਂ ਕੋਸ਼ਿਸ਼ ਕਰਾਂਗਾ ਤਹਿਜ਼ੀਬ ਉਹ ਇਖਲਾਕੀਆਤ ਉਹ ਅਦਬੀਆਤ ਦੀ ਹਦੂਦ ਕਯੂਦ ਦੇ ਅੰਦਰ ਰਹਿ ਕੇ ਮੈਂ ਪੈਗਾਮੇ ਹੱਕ ਜਨਾਬ ਦੀਆਂ ਸਮਾਤਾਂ ਤੱਕ ਪਹੁੰਚਾਂ। ਅੱਗੋਂ ਪਹੁੰਚਾਉਣਾ ਸਾਡੀ ਡਿਊਟੀ ਹੈ, ਮਨਵਾਉਣਾ ਸਾਡੀ ਡਿਊਟੀ ਨਹੀਂ। ਅਗਰ ਬਾਤ ਅੱਛੀ ਲੱਗੀ ਤਾਂ ਕਬੂਲ ਕਰਨੀ, ਨਹੀਂ ਤਾਂ ਲਾ ਇਕਰਾਹ ਫਿਦੀਨ, ਜਬਰ ਕੋਈ ਨਹੀਂ। ਮੈਦਾਨ ਮਾਸ਼ਰ ਵਿੱਚ ਹਰ ਬੰਦਾ ਆਪਣੇ ਆਪਣੇ ਇਮਾਮ ਦੇ ਪਿੱਛੇ। ਇਸ ਆਏ ਕਰੀਮਾ ਨੂੰ ਪੜ੍ਹ ਕੇ ਵਤਨ ਵਾਲਿਓ, ਜਿਹੜਾ ਮੈਂ ਨਕਸ਼ਾ ਮੈਦਾਨ ਮਾਸ਼ਰ ਦਾ ਵੇਖਿਆ ਉਹ ਮੈਂ ਸੁਣਾਉਣਾ ਚਾਹੁੰਦਾ ਜੀ। ਤਿਆਰ ਹੋ ਜੀ। ਮੈਦਾਨ ਮਾਸ਼ਰ ਵਿੱਚ ਨਬੀ ਪਾਕ ਦੀ ਉਮਤ 73 ਫਿਰਕੇ 5 ਕਤਾਰਾਂ 'ਚ ਖੜੀ ਹੋ ਸੀ। ਕਿਤਨੀਆਂ ਕਤਾਰਾਂ ਜੀ? 5 ਕਤਾਰਾਂ। ਤੁਹਾਡੀ ਚੁੱਪ ਦਲੀਲ ਮੰਗਦੀ, ਮੈਂ ਦਲੀਲ ਦੇਣਾ ਜੀ। 5 ਕਤਾਰਾਂ 'ਚ ਨਬੀ ਪਾਕ ਦੇ ਕਲਮਾ ਪੜ੍ਹਨ ਵਾਲੇ ਮੈਦਾਨ ਮਾਸ਼ਰ 'ਚ ਆਪਣੇ ਆਪਣੇ ਇਮਾਮ ਦੇ ਪਿੱਛੇ। ਹਨਫੀ ਮੁਸਲਮਾਨ ਕਤਾਰ ਹੋਏਗੀ, ਹਨਫੀਆਂ ਦੇ ਸਾਹਮਣੇ ਉਹਨਾਂ ਦੇ ਇਮਾਮ ਪੇਸ਼ਵਾ ਇਮਾਮ ਅਬੂ ਹਨੀਫਾ ਰਹਿਮਤੁੱਲਾ ਅਲੈਹ ਖਲੋਤੇ। ਹਨਫੀ ਅਬੂ ਹਨੀਫਾ ਦੇ ਪਿੱਛੇ ਇਮਾਮ ਮਾਲਕ ਰਹਿਮਤੁੱਲਾ ਅਲੈਹ ਅੱਗੇ ਖਲੋਤੇ ਹੋਣਗੇ। ਮਾਲਕੀ ਫਿਕਹ 'ਤੇ ਅਮਲ ਕਰਨ ਵਾਲੇ ਨਬੀ ਦੀ ਉਮਤ ਆਪਣੇ ਇਮਾਮ ਮਾਲਕ ਦੇ ਪਿੱਛੇ। ਇਮਾਮ ਸ਼ਾਫਈ ਰਹਿਮਤੁੱਲਾ ਅਲੈਹ ਅੱਗੇ ਖਲੋਤੇ ਹੋਣਗੇ। ਸ਼ਾਫਈ ਫਿਕਹ 'ਤੇ ਅਮਲ ਕਰਨ ਵਾਲੇ ਨਬੀ ਦੀ ਉਮਤ ਆਪਣੇ ਇਮਾਮ ਸ਼ਾਫੀ ਦੇ ਪਿੱਛੇ। ਮੈਂ ਕਿਸੇ ਇਮਾਮ ਦਾ ਨਾਂ ਰੁੱਖਾ ਨਹੀਂ ਲੈ ਰਿਹਾ, ਕਿਉਂਕਿ ਸਨ ਆਪਣੇ ਪਿਆਰੇ ਨੇ, ਭਾਈਆਂ ਨੇ ਆਪਣੇ ਪਿਆਰੇ। ਐਂ ਨਬੀ ਪਾਕ ਦੇ ਦੀਨ ਏ, ਐਂ ਥੇਮਾ ਫਿਸਲਾਮ ਏ ਕਿ ਕਿਸੇ ਦੇ ਝੂਠੇ ਖੁਦਾ ਨੂੰ ਉਹਨਾਂ ਦੇ ਸਾਹਮਣੇ ਝੂਠਾ ਨਾ ਆਖੋ, ਹੋ ਸਕਦਾ ਤੁਹਾਡੇ ਸੱਚੇ ਨੂੰ ਝੂਠਾ। ਅੱਲਾਹ ਦੀਆਂ ਤੋਂ ਲਿਹਾਜ਼ਾ ਦਿਲ ਨਹੀਂ ਦੁਖਾਂਗਾ ਮੈਂ। ਮਿਹਰਬਾਨੀ ਬਾਈ ਹੈਦਰੀ। ਇਮਾਮ ਅਹਿਮਦ ਬਿਨ ਹੰਬਲ ਰਹਿਮਤੁੱਲਾ ਅਲੈਹ ਅੱਗੇ ਖਲੋਤੇ ਹੋਣਗੇ ਮੈਦਾਨ ਮਾਸ਼ਰ 'ਚ। ਹੰਬਲੀ ਫਿਕਹ 'ਤੇ ਅਮਲ ਕਰਨ ਵਾਲੇ ਹੰਬਲੀ ਮੁਸਲਮਾਨ ਨਬੀ ਦੀ ਉਮਤ ਆਪਣੇ ਇਮਾਮ ਅਹਿਮਦ ਬਿਨ ਹੰਬਲ ਦੇ। ਕਿਤਨਾ ਮੈਂ ਪੜ੍ਹਨਾ ਹੈ ਬਈ, ਕਿਤਨਾ ਤੁਸੀਂ ਸੁਣਨਾ? ਇਹ ਜੁਮਲੇ 'ਤੇ ਮੈਂ ਅੰਦਾਜ਼ਾ ਲਾ ਲਾਂਗਾ। ਵਤਨੇ ਵਾਲੇ ਜ਼ਾਕਿਰ ਗਰ ਲੋਕ ਬੈਠੇ ਹੋ, ਜ਼ਾਕਿਰੀ ਦੁਨੀਆ 'ਚ ਇੱਕ ਨਾਂ ਹੈ ਪੀਰ ਸਾਹਿਬ ਦੀ ਵਜ੍ਹਾ ਤੋਂ ਵਤਨੇ ਦਾ, ਜਿਹੜੇ ਬੰਦੇ ਸਮਝਣੋਂ ਬੋਲਣ ਮੇਰੇ ਨਾਲ। 5 ਕਤਾਰਾਂ 'ਚ ਨਬੀ ਦੀ ਉਮਤ ਆਪਣੇ ਆਪਣੇ ਇਮਾਮ ਦੇ ਪਿੱਛੇ ਹੋਏਗੀ। ਲਾ ਇਲਾਹ ਇੱਲੱਲਾ ਮੁਹੰਮਦ ਰਸੂਲੁੱਲਾਹ ਅਲੀਉਨ ਵਲੀਉੱਲਾਹ, ਇਸ ਤੋਂ ਉੱਤੇ ਹੱਦ ਕੋਈ ਨਹੀਂ। ਮੁਸਲਮਾਨ ਹੈ ਅਤੇ ਸੈਯਦ ਸਮਝ ਕੇ ਯਕੀਨ ਕਰ ਲਈ, ਸ਼ੀਆਂ ਅਤੇ ਜ਼ਾਕਰ ਸਮਝ ਕੇ। 5 ਕਤਾਰਾਂ ਹੋਣਗੀਆਂ, 4 ਕਤਾਰਾਂ ਗੇ ਇੱਕ ਇੱਕ ਇਮਾਮ ਖਲੋਤਾ ਹੋਏਗਾ, 5ਵੀਂ ਕਤਾਰ ਛੋਟੀ ਹੋਏਗੀ, ਇਮਾਮ ਅੱਗੇ 12 ਖਲੋਤੇ ਹੋਣ। ਅੱਲਾਹ ਤੁਹਾਡੇ ਹੱਥ ਸਲਾਮਤ ਰੱਖੇ, ਅੱਲਾਹ ਤੁਹਾਡੇ ਹੱਥ ਸਲਾਮਤ ਰੱਖੇ, ਅੱਲਾਹ ਤੁਹਾਡੀਆਂ ਜ਼ਿੰਦਗੀਆਂ ਦਰਾਜ਼ ਕਰੇ। ਮਿਹਰਬਾਨੀ, ਮਿਲ ਕੇ ਬੋਲੋ, ਉੱਚਾ ਬੋਲੋ, ਹੈਦਰੀ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਯੌਮਾ ਨਦੋ ਕੁੱਲਾ ਉਨਾਸ, ਮਿਲ ਕੇ ਬੋਲੋ, ਹੁਸੈਨ ਬਾਦਸ਼ਾਹ, ਅਲੀ ਸ਼ਾਨ ਸ਼ਾਹ, ਹੁਸੈਨ ਬਾਦਸ਼ਾਹ, ਸੁਬਾ ਕੇ ਸਾਥ ਦਿਨ ਬੋਲਾ, ਅਲੀ ਮੌਲਾ, ਅਲੀ ਮੌਲਾ, ਅਲੀ। ਮਿਹਰਬਾਨੀ ਜਨਾਬ, ਮਿਹਰਬਾਨੀ ਜਨਾਬ, ਮਿਹਰਬਾਨੀ ਫਲਕ ਮੌਲਾ, ਅਲੀ ਮੌਲਾ, ਅਲੀ ਮੌਲਾ, ਨਾਰਾ ਹਾਜ਼ਰੀ, ਅਲੀ ਅਲੀ ਅਲੀ। ਮਿਹਰਬਾਨੀ, ਹਰ ਕਤਾਰ ਅੱਗੇ ਇੱਕ ਇੱਕ ਇਮਾਮ, 5ਵੀਂ ਕਤਾਰ ਅੱਗੇ 12 ਇਮਾਮ। ਹਨਫੀਆਂ ਗੇ ਇਮਾਮ ਅਬੂ ਹਨੀਫਾ, ਮਾਲਕੀਆਂ ਗੇ ਇਮਾਮ ਮਾਲਕ ਰਹਿਮਤੁੱਲਾ, ਸ਼ਾਫੀਆਂ ਗੇ ਇਮਾਮ ਸ਼ਾਫਈ, ਹੰਬਲੀਆਂ ਗੇ ਅਹਿਮਦ ਬਿਲ ਹੰਬਲ, ਜਾਫਰੀਆਂ ਗੇ 12 ਖਲੋਤੇ। ਚਲੋ ਜਿਹੜੇ ਨਹੀਂ ਬੋਲੇ ਮੈਂ ਇੰਜ ਮਤਲਬ ਬਦਲਣਾ। ਹੈਦਰੀ, ਦਿਲ ਦੁਖਾਉਣ ਨਹੀਂ ਮੈਂ ਅੱਜ, ਹੱਕ ਹੈ ਜੀ। ਹੱਕ ਦੀ ਬਾਤ ਥੋੜ੍ਹੀ ਕੜਵੀ ਵੀ ਹੋਵੇ ਤਾਂ ਫਿਰ ਬਰਦਾਸ਼ਤ ਕਰਨਾ। 4 ਕਤਾਰਾਂ ਗੇ ਖਲੋਤੇ, 4ੇ ਇਮਾਮ ਗੈਰੇ ਮਾਸੂਮ ਹੋਣਗੇ। 5ਵੀਂ ਕਤਾਰ ਫਿਕਹ ਜਾਫਰੀ ਅੱਗੇ ਖਲੋਤੇ, 12 ਦੇ 12 ਮਾਸੂਮ। ਉਹ 4ੇ ਪਰਾਏ ਨੇ, ਗੈਰ ਨੇ, ਇਹ 12 ਦੇ 12 ਨਸਲ ਰਸੂਲ। ਲਹਮੋ ਕਾ ਲਹਮੀ, ਦਮੋ ਕਾ ਦਮੀ, ਰੂਹੋ ਕਾ ਰੂਹੀ, ਜਿਸਮੋ ਕਾ ਜਿਸਮੀ ਦੇ ਮਿਸਤਾਕ।
ਐ ਹੈ ਮੈਦਾਨ ਮਾਸ਼ਰ ਦਾ ਨਸ਼ਕਾ ਨਕਸ਼ਾ ਯੋਮਾ ਨਦਉ ਕੁੱਲਾ ਉਨਾਸਿਮ ਬੇ ਇਮਾਮ ਹਿਮ ਆਪਣੇ ਆਪਣੇ ਇਮਾਮ ਦੇ ਪਿੱਛੇ 14 ਅਗਸਤ ਤੋਂ ਪਹਿਲੇ ਵੀ ਤੋਂ ਬਾਅਦ ਵਿੱਚ ਵੀ ਮੋਟਰਵੇ 'ਤੇ ਜਿੱਥੇ ਤੁਸੀਂ ਆਊਟ ਆਉਂਦੇ ਹੋ ਟੂਲ ਦਿੰਦੇ ਹੋ ਜੀ ਕਤਾਰਾਂ ਹੁੰਦੀਆਂ ਨੇ ਬੜੀਆਂ ਉਹ ਫਿਰ ਸਿਆਣੇ ਡਰਾਈਵਰ ਦੂਰੋਂ ਵੇਖ ਲੈਂਦੇ ਨੇ ਇਹ ਗੱਲ ਮੁਸਲਮਾਨ ਭਾਈ ਮੇਰੀ ਯਾਦ ਰੱਖੀ ਮੋਟਰਵੇ 'ਤੇ ਤੇਰਾ ਇਖਤਿਆਰ ਹੈ ਕਤਾਰ ਇਹ ਛੋਟੀ ਅਤੇ ਉੱਧਰ ਟੁਰ ਜਾ ਉਹਦੀ ਉੱਧਰ ਇੱਥੇ ਲੈਣ ਬਦਲ ਸਕਣਾ ਮੈਦਾਨ ਮਾਸ਼ਰ ਕਤਾਰ ਨਹੀਂ ਬਦਲ ਸਕਦਾ ਉੱਥੇ ਸਟੇਰਿੰਗ ਤੇਰੇ ਹੱਥ 'ਚ ਨਹੀਂ ਹੋਣਾ ਅੱਲਾਹ ਜ਼ਿੰਦਗੀ ਸਲਾਮ ਅੱਲਾਹ ਜ਼ਿੰਦਗੀ ਸਲਾਮ ਆਪਣੇ ਆਪਣੇ ਇਮਾਮ ਦੇ ਪਿੱਛੇ ਆਪਣੇ ਆਪਣੇ ਉੱਥੇ ਹੱਥ ਪੈਰ ਤੇਰੇ ਇਖਤਿਆਰ 'ਚ ਨਹੀਂ ਮਾਲਿਕ ਯੌਮਿਦੀਨ ਦਾ ਇਖਤਿਆਰ ਕਹਾਰੋ ਜੱਬਾਰ ਦਾ ਦਿਨ ਸਵਾ ਗਜ਼ ਨੇਜ਼ੇ ਤੇ ਸੂਰਜ ਨਫਸਾ ਨਫਸੀ ਦਾ ਆਲਮ ਪੁੱਤਰ ਨੂੰ ਪਿਓ ਦੀ ਹੋਸ਼ ਨਹੀਂ ਧੀ ਨੂੰ ਮਾਂ ਦਾ ਪਤਾ ਨਹੀਂ ਆਪਣੀ ਆਪਣੀ ਪਈ ਹੈ ਕਹਾਰੋ ਜੱਬਾਰ ਦਾ ਦਿਨ ਅਦਲੋ ਇਨਸਾਫ ਦਾ ਦਿਨ ਆਪਣੇ ਆਪਣੇ ਇਮਾਮ ਦੇ ਪਿੱਛੇ ਅਦਲ ਕਰੇ ਤੇ ਥਰ ਥਰ ਕੰਬਣ ਉੱਚੀਆਂ ਸ਼ਾਨਾਂ ਫਜ਼ਲ ਕਰੇ ਤੇ ਬਖਸ਼ੇ ਜਾਵਾਂ ਮੁੱਲਾਂ ਵਰਗੇ ਮੂੰਹ ਕਰ ਆਪਣੇ ਆਪਣੇ ਇਮਾਮ ਮਿਹਰਬਾਨੀ ਭਾਈ ਮਿਹਰਬਾਨੀ ਭਾਈ ਲਓ ਜੀ ਇਹ ਹੈ ਮੈਦਾਨ ਮਾਸ਼ਰ ਦਾ ਨਕਸ਼ਾ ਜੀ ਆਪਣੇ ਆਪਣੇ ਇਮਾਮ ਦੇ ਪਿੱਛੇ ਆਵਾਜ਼ ਕੁਦਰਤ ਆਏਗੀ ਜੀ ਅਹਿਲੇ ਮਾਸ਼ਰ ਉਮਤ ਮੁਸਤਫਾ ਆਪਣੀਆਂ ਆਪਣੀਆਂ ਨਮਾਜ਼ਾਂ ਚੈੱਕ ਕਰਾਓ ਅੱਛਾ ਤੁਸੀਂ ਚੁੱਪ ਕਰੋ ਤਾਂ ਵੀ ਨਮਾਜ਼ ਚੈੱਕ ਹੋ ਜਾਣੀ ਤੁਸੀਂ ਬੋਲ ਪਵੋ ਤਾਂ ਵੀ ਪਰੇਸ਼ਾਨ ਹੋਵੋ ਤਾਂ ਵੀ ਪਹਿਲਾ ਸਵਾਲ ਨਮਾਜ਼ ਦਾ ਹੀ 73 ਫਿਰਕੇ ਦਾ ਮੁਤਫਿਕਾ ਫੈਸਲਾ ਇਨ ਕੋਬੇਲਤ ਕੋਬੇਲਾ ਮਾ ਸਵਾ ਨਮਾਜ਼ ਕਬੂਲ ਹੋ ਗਈ ਤਾਂ ਹਰ ਸ਼ੈ ਕਬੂਲ ਇਨ ਰੁੱਦਤ ਰੁੱਦਾ ਮਾ ਸਵਾ ਨਮਾਜ਼ ਰੱਦ ਹੋ ਗਈ ਤਾਂ ਹਰ ਸ਼ੈ ਮਰਦੂਦ ਪਹਿਲਾ ਸਵਾਲ ਨਮਾਜ਼ ਹੈ ਤਰਾਵੀ ਵਾਲਿਆਂ ਕੋਲੋਂ ਵੀ ਪਹਿਲਾਂ ਨਮਾਜ਼ ਪੁੱਛਣੀ ਮੈਦਾਨ ਮਾਸ਼ਰ 'ਚ ਮਾਤਮ ਵਾਲਿਆਂ ਕੋਲੋਂ ਵੀ ਪਹਿਲੇ ਕਬਰ ਦੀ ਬਾਤ ਨਹੀਂ ਕਰ ਰਿਹਾ ਮੈਂ ਮੈਦਾਨ ਮਾਸ਼ਰ ਦੀ ਬਾਤ ਕਰ ਰਿਹਾ ਮਾਸ਼ਰ 'ਚ ਪਹਿਲਾ ਸਵਾਲ ਨਮਾਜ਼ ਦਾ ਸੁੰਨੀਆਂ ਕੋਲੋਂ ਵੀ ਨਮਾਜ਼ ਪੁੱਛੀ ਜਾਣੀ ਹੈ ਸ਼ੀਆਂ ਕੋਲੋਂ ਵੀ ਪਹਿਲਾਂ ਨਮਾਜ਼ ਹੀ ਪੁੱਛੀ ਜਾਣੀ ਅੱਛਾ ਨਮਾਜ਼ 'ਤੇ ਆ ਕੇ ਵੈਸੇ ਤੁਸੀਂ ਢਿੱਲੇ ਪੈ ਗਏ ਜੀ ਕੋਈ ਨਹੀਂ ਜੀ ਸੱਚੀਆਂ ਕਰਨੀਆਂ ਚਾਹੀਦੀਆਂ ਨੇ ਜਾਂ ਨਮਾਜ਼ 'ਤੇ ਆ ਕੇ ਥੋੜ੍ਹਾ ਜਿਹਾ ਅਸੀਂ ਢਿੱਲੇ ਪੈ ਜਾਂਦੇ ਹਾਂ ਥੋੜ੍ਹਾ ਜਿਹਾ ਹੱਥ ਤੰਗ ਹੀ ਆਪਣਾ ਜ਼ਰਾ ਅੱਲਾ ਖੈਰ ਹੀ ਕਰੇਗਾ ਸਕੂਲ ਕਾਲਜ ਲਾਈਫ 'ਚ ਮੈਨੂੰ ਯਾਦ ਹੈ ਜਿਸ ਵੇਲੇ ਮਾਸਟਰ ਵੀ ਸਵਾਲ ਪੁੱਛਦੇ ਹਨ ਜਿਹਨੂੰ ਨਾ ਆਉਂਦਾ ਹੀ ਅੱਗੇ ਅੱਗੇ ਹੋ ਕੇ ਹੱਥ ਖੜਾ ਕਰਦਾ ਅਤੇ ਜਿਹਨੂੰ ਨਹੀਂ ਆਉਂਦਾ ਪਿੱਛੇ ਰਿੰਝ ਛਿੰਝ ਨਹੀਂ ਆਉਣਾ ਵਤਨੇ ਵਾਲਿਆ ਜਦੋਂ ਨਮਾਜ਼ ਦਾ ਸਵਾਲ ਆਉਣਾ ਹੈ ਜਿਹਨਾਂ ਅੱਗੇ ਅੱਗੇ ਹੋ ਕੇ ਚੈੱਕ ਕਰਾਉਣੀਆਂ ਨੇ ਉਹ ਅਸੀਂ ਨਹੀਂ ਆਉਣਾ ਆਪਣਾ ਜ਼ਰਾ ਹੱਥ ਤੰਗ ਹੀ ਹੋ ਅਸੀਂ ਪਿੱਛੇ ਹੀ ਹੋਣਾ ਜੀ ਸੱਚੀ ਗੱਲ ਆਪਸ ਵਿੱਚ ਬੈਠੇ ਹਾਂ ਕੋਈ ਨਾਰਾਜ਼ਗੀ ਨਹੀਂ ਕਰਨੀ ਚੌਖੀਆਂ ਨਮਾਜ਼ਾਂ ਜਿਹਨਾਂ ਕੋਲ ਆਉਣੀਆਂ ਨੇ ਅਸੀਂ ਨਹੀਂ ਆਉਣਾ ਬੋਰਿਆਂ ਵਿੱਚ ਪੰਡਾਂ ਵਿੱਚ ਚਾਹ ਚਾਹ ਕੇ ਗਰਦਨਾਂ ਵਿੱਚ ਵੜੀਆਂ ਨੇ ਜਿਹੜਾ ਓਏ ਨਮਾਜ਼ ਬਈ ਐਕਸਟਰਾ ਨਮਾਜ਼ਾਂ ਦਿਨ ਰਾਤ ਇੱਕ ਇੱਥੇ ਵਿੱਚੇ ਨਮਾਜ਼ਾਂ ਵਿੱਚੇ ਰਕੂ ਵਿੱਚੇ ਸਜਦੇ ਵਿੱਚੇ ਤਸਬੀਆਂ ਵਿੱਚੇ ਸਿਲੰਡਰ ਵਿੱਚੇ ਬਿਸਤਰ ਬੋਲੋ ਤੁਸੀਂ ਵਤਨੇ ਵਾਲੇ ਨਹੀਂ ਸਮਝਣਗੇ ਤੇ ਬਿਸਤਰਿਆਂ ਨੂੰ ਕੌਣ ਸਮਝੇਗਾ ਓਏ ਹੋਏ ਹੋਏ ਨਮਾਜ਼ਾਂ ਹੀ ਨਮਾਜ਼ਾਂ ਇਹ ਬਾਤਾਂ ਬਾਤ ਅੱਲਾ ਜੀ ਕੋਈ ਪ੍ਰੋਬਲਮ ਨਹੀਂ ਹੁਣੀ ਚੈੱਕ ਕਰ ਲਓ ਗਿਣਤੀ ਕਰ ਲਓ ਜੀ ਇੱਕ ਵੀ ਕਜ਼ਾ ਨਹੀਂ ਕੀਤੀ ਐਕਸਟਰਾ ਪੜੀਆਂ ਨੇ ਜੀ ਖੋਲੀਏ ਨਮਾਜ਼ਾਂ ਦੇ ਮੂੰਹ ਬੋਰਿਆਂ ਦੇ ਮੂੰਹ ਖੋਲੀਏ ਢੇਰ ਲਾ ਦੀਏ ਨਮਾਜ਼ਾਂ ਦਾ ਆਵਾਜ਼ ਕੁਦਰਤ ਅੱਗੇ ਵੀ ਖਬਰਦਾਰ ਆਪਣੀਆਂ ਆਪਣੀਆਂ ਨਮਾਜ਼ਾਂ ਕੋਲ ਰੱਖਣੀਆਂ ਨੇ ਹਾਲੇ ਬੋਰਿਆਂ ਦੇ ਮੂੰਹ ਨਹੀਂ ਖੋਲਣੇ ਮੈਂ ਗਿਣਤੀ ਹਾਲੇ ਨਹੀਂ ਕਰਨੀ ਪਹਿਲੇ ਸੈਂਪਲ ਚੈੱਕ ਕਰਾਓ ਅੱਲਾ ਜ਼ਿੰਦਗੀ ਦਰਾ ਕੀ ਕਰਾਓ ਡਿਜ਼ਾਈਨ ਚੈੱਕ ਕਰਾਓ ਨਮਾਜ਼ ਦਾ ਤਰੀਕਾ ਚੈੱਕ ਕਰਾਓ ਜਿਨਸ ਚੈੱਕ ਕਰਾਓ ਸੈਂਪਲ ਚੈੱਕ ਕਰਾਓ ਅਗਰ ਸੈਂਪਲ ਪਾਸ ਹੋ ਗਿਆ ਤੇ ਪਿਛਲੀ ਜਿਨਸ ਦੀ ਕੀਮਤ ਪਏਗੀ ਤੇ ਜੇ ਸੈਂਪਲ ਹੀ ਫੇਲ ਹੋ ਗਿਆ ਹਾਏ 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 ਹੁਣ ਸੈਂਪਲ ਕਿਵੇਂ ਚੈੱਕ ਹੋਣਾ ਮੈਂ ਇੱਕ ਮਿਸਾਲ ਦਿੰਦਾ ਹੁਣ ਗੱਲਾਂ ਮੰਡੀ ਦੀ ਮੈਂ ਦੇ ਦੇਣਾ ਜਨਾਬ ਗੱਲਾਂ ਮੰਡੀ ਤੁਸੀਂ ਜਾਓ ਜਿਨਸ ਖਰੀਦਣ ਮਸਲਾਂ ਚਾਵਲ ਹੀ ਬਾਸਮਤੀ ਸੁਪਰ ਖਰੀਦਣੇ ਦੇ ਤੋ ਫਿਰ ਤੁਹਾਨੂੰ ਗੋਦਾਮਾਂ 'ਚ ਲੈ ਕੇ ਨਹੀਂ ਜਾਂਦੇ ਤੁਹਾਨੂੰ ਆਫਸ 'ਚ ਬਿਠਾ ਦਿੰਦੇ ਆਫਸ ਬੋਆਏ ਨੂੰ ਭੇਜ ਦੇਣ ਜਾ ਬਈ ਉਹ ਸੁਪਰ ਕਰਨਲ ਦਾ ਸੈਂਪਲ ਲਿਆਵੀਂ ਉਹਨੂੰ ਪਤਾ ਹੁੰਦਾ ਹੈ ਕਿਹੜੇ ਸਟੋਰ 'ਚ ਕਿਹੜਾ ਸੈਂਪਲ
تلے ہوتے بوریاں جڑیاں نے اس بوری نہیں بچو کڑنی زندگی ہوئے بھائی بھائی کمال بمبو مارنا ہوں میں رک رہی میں پتہ نہیں تھوڑے والے بمبو نو کیا دینا گل ٹھیک ہو گئی بمبو وہ لوہے دائک ہے ویکھیا جی اچھا باوے سجا شاہ شماری والے اللہ زندگیاں دراز کرے نے پچھلے دن میں پڑھے تو میرے پیچھے بیٹھے انہوں نے آخیا رکی بھائی رکی میں کہ انہوں نے آخیا بالکل ٹھیک پہ پڑھنا ہے غلہ منڈی بمبو لوہے کا ہوں میدان معاشر بمبو ولایت لگنا بمبو ہی ہے پھر جناب بمبو مار دے نے بوری اتھے رہندی ہے سیمپل باہر آندا ہے خریدار دے سامنے جی اے جے کرنل سپر باسمتی بالکل ٹھیک ہے جی بوری دی قیمت تاں پینی جے سیمپل ٹھیک ہویا فرشتو جی مالک بمبو مارو اپنے اپنے امام دے پیچھے وئی ڈسپلن نال قطار اگے پیچھے نہیں ہونا خبردار تھر تھر ہر شے کمرے قہارو جبار دا دن پہلی قطار چوکیاں نمازاں فرشتے بمبو ماریا جتھے دا دل آیا ہر نمازی کول بے بہان او جناب کوئی نماز لب ساریاں آ گئیں آوازی قدرت ہاں بھائی سیمپل کیسا ہے تو بھائی توجہ فرشتے آکھیا مالک قبضے یدین فقہ دی زبان وچ اس سیمپل نو کیا دینے یا علی قبضے یدین میرے ال ویکھنا جی خیر یہ پھر بندے نو ہمت ہے نا دے جی آواز نہیں بھی نکلا عشق دا اظہار تے ہے نا قبضے یدین کی میں پنجابی ذاکری زبان ترجمہ کرا او فرشتوں انہاں دا کی سیمپل ہے اس کتار والےاں دا جی بدے ہتھی ڈیزائن کی یہ ہاتھ بن کے پڑیاں نے قبضے یدین بھائی سنی تگڑیا رہنا مت سمجھ بھائی ہوں سارے والے شروع ہو گیا کی کرے گا مطمئن رہنا میں بالکل پرے اج کھلوتا جی ڈنڈی نہیں مارا گا میں کی سیمپل ہے جی ہاتھ بننی ہاں قبضے یدین ہے کتھے ہاتھ نے جی زیر ناف آواز قدرتی ہاں بھائی نمازیاں ہو کون ہو جی نبی پاک دی امت جی ہاتھ بن کے پڑھیے جی ہاتھ بن کے کدے آخے ہاتھ بننے جی جی اپنے امام صاحب دے کون ہے تہاڈا امام اعلی حضرت امام اعظم ابو حنیفہ سرکار دا اصل نام نعمان بن ثابت رحمت اللہ علیہ جی انہاں دے آخے لا کے اسی انج پڑھیے ہاتھ کدے آخے بننے جی جی اپنے امام صاحب دے ہوں پتا لگ گئی اللہ امام پیچھے کیوں اٹھا میں صدقے ہوں یہ طریقہ اختیار کدی آخ کی امام کتنے تا امام جی اے سامنے سارے کھلوتے جی اللہ اسی انہوں نے پیچھے ہی ہاں جی انہوں نے ہی منے جی ساری زندگی انہوں نے منے آواز قدرت ہے ابو حنیفہ جی مالک انہوں نے ہاتھ توں زیرے نہ بنوائے نے جی میں ہی بنوائے نے کیوں جی میں کہ ذرا اے انزو انکساری دی حالت جی میں کتاب پڑھ رہا میں تاریخ پڑھ رہا کیوں قبضہ یدین کروائے نہیں جی انج بندہ کھلوتے لگتا ہے کو بہت بڑے بادشاہ دے سامنے عاجز بندہ کھلو اس حالت عجزو انکساری ہے جی میں اس واسطے آ کے احتیاط بن انہاں دے ہاتھ توں بنوائے نے جی میں ہی بنوائے ابو حنیفہ میرے بانی شریعت احمد مختار واللیل دیاں زلفاں لے میرے محبوب کبریا دا فرمان تے حدیث ہے نماز دے بارے سلو کما رائے تو مونی اسلی نماز انج پڑھو جی میں محمد نو پڑھ دیاں ویکھو ہائے 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 لو بھائی حدیث نوٹ کرنی ہے تہاڈا تعلق حدیث دے علاقے نال ہے جی اپنے پوج دے مولوی تو تسلی کرنی ہے نبی پاک دی حدیث ہے سلو کما رہے تو مونی اسلی نماز انج پڑھو جی میں محمد نو پڑھ دیں ویکھو تے جی مولوی بھی آکھے نا ہے تے پھر تے ماننا او ابو حنیفہ
ਜੀ ਅੱਲਾ ਜੀ ਇਹਨਾਂ ਦੇ ਹੱਥ ਤੂੰ ਬਣਵਾਏ ਨੇ ਜੀ ਮੈਂ ਬਣਵਾਏ ਨੇ ਉਹ ਮੇਰੇ ਮਹਿਬੂਬ ਮੇਰੇ ਬਾਨੀ ਸ਼ਰੀਅਤ ਆਮਿਨਾ ਦੇ ਲਾਲ ਨੂੰ ਨਮਾਜ਼ ਪੜ੍ਹਦਿਆਂ ਵੇਖਿਆ ਹੀ ਜੀ ਨਹੀਂ ਕਿਉਂ ਅੱਲਾ ਜੀ ਹੁਣ ਕੋਈ ਪੁੱਛਣ ਵਾਲੀ ਗੱਲ ਹੈ ਵਾਹ ਬਾਦਸ਼ਾਹ ਆਪ ਹੀ ਪੈਦਾ ਕਰਨ ਵਾਲੇ ਹੋ ਪਾਕ ਰਸੂਲ ਦੀ ਵਫਾਤ ਤੂੰ ਮੈਂ ਬਹੁਤ ਅਰਸਾ ਬਾਅਦ ਪੈਦਾ ਹੋਇਆ ਪਰ ਨਬੀ ਪਾਕ ਦੀ ਵਫਾਤ ਤੂੰ ਅਬੂ ਹਨੀਫਾ ਕਿਤਨਾ ਅਰਸਾ ਬਾਅਦ ਪੈਦਾ ਹੋਇਆ ਜੀ ਮੈਂ 70 ਸਾਲ ਬਾਅਦ ਪੈਦਾ ਹੋਇਆ ਕਿਤਨਾ ਇੱਕ ਦਫ਼ਾ ਸਾਰੇ ਬੋਲੋ ਇਮਾਮ ਅਬੂ ਹਨੀਫਾ ਹਨਫੀ ਫਿਕਾ ਦੇ ਬਾਨੀ ਭਾਈਆਂ ਦੇ ਮੋਤਬਰ ਇਮਾਮ ਨਬੀ ਪਾਕ ਦੇ ਵਫਾਤ ਤੋਂ ਕਿਤਨਾ ਅਰਸਾ ਬਾਅਦ ਪੈਦਾ ਹੋਏ ਨੇ 70 ਦਿਨ ਬਾਅਦ 70 ਵਰੇ ਬਾਅਦ 70 ਈਅਰ ਬਾਅਦ 70 ਸਾਲ ਬਾਅਦ ਨਬੀ ਪਾਕ ਪਰਦਾ ਕਰ ਗਏ ਦੁਨੀਆ ਤੋਂ ਅਬੂ ਹਨੀਫਾ ਸਾਹਿਬ ਪੈਦਾ ਹੋਏ ਨੇ 70 ਸਾਲ ਬਾਅਦ ਨਹੀਂ ਵੇਖਿਆ ਨਬੀ ਨੂੰ ਜੀ ਮੈਂ ਫਿਰ ਕਿੱਥੋਂ ਵੇਖਣਾ ਹੀ ਮੈਂ ਜੰਮੇ ਨਹੀਂ ਜੀ ਹੱਥ ਤੂੰ ਬਣਵਾਏ ਨੇ ਜੀ ਮੈਂ ਹੀ ਬਣਵਾਏ ਨੇ ਅਗਲੇ ਆਓ ਬਾਈ ਆ ਜਾਣੀ ਵਾਰੀ ਆਪਣੀ ਵੀ ਜੀ ਨੇੜੇ ਕੰਮ ਕੇ ਉਹਦੇ ਸਾਹਮਣੇ ਕੌਣ ਸੁਣੀ ਸੀ ਆ ਕੋ ਰਾਣੀ ਖਾਨ ਤੇ ਆਪਣੇ ਘਰ ਘਰ ਜੱਬਾਰ ਦੇ ਸਾਹਮਣੇ ਕੌਣ ਇੱਕ ਹੀ ਸਫ ਮੇ ਖੜੇ ਹੋ ਗਏ ਮਹਿਮੂਦੋ ਅਯਾਦ ਨਾ ਕੋਈ ਬੰਦਾ ਰਹਾ ਨਾ ਕੋਈ ਬੰਦਾ ਸੈਂਪਲ ਚੈੱਕ ਹੋ ਗਿਆ ਜੀ ਹੋ ਗਿਆ ਸਾਡੇ ਕਰੋ ਅਗਲੇ ਆਓ ਬਾਈ ਉਹ ਜਲਦੀ ਕਰੋ ਜੇ ਰੋਜ਼ੇ ਵਿੱਚ ਚੈੱਕ ਹੋਣੇ ਨੇ ਫਿਰ ਫਰਿਸ਼ਤੇ ਬੰਬੂ ਮਾਰਿਆ ਫਿਰ ਸੈਂਪਲ ਬਾਹਰ ਆਇਆ ਹਾਂ ਬਈ ਇਹਨਾਂ ਦਾ ਕੀ ਸੈਂਪਲ ਹੈ ਜੀ ਕਬਜ਼ੇ ਯਦੈਨ ਇਹਨਾਂ ਦਾ ਸੈਂਪਲ ਹੋਈ ਹੈ ਜੀ ਤਕਰੀਬਨ ਹੋਈ ਹੈ ਤੇ ਉਹਨਾਂ ਨਾਲ ਕਿਉਂ ਨਹੀਂ ਖਲੋਤੇ ਅੱਲਾ ਜੀ ਇਹਨਾਂ ਦਾ ਇਮਾਮ ਵੀ ਜੁਦਾ ਹੈ ਡਿਜ਼ਾਇਨ ਵੀ ਥੋੜ੍ਹਾ ਜਿਹਾ ਜੁਦਾ ਹੈ ਉਹ ਨਹੀਂ ਸਮਝ ਆਈ ਉਹ ਆਣ ਕਬਜ਼ੇ ਯਦੈਨ ਹੀ ਇਹ ਥੱਲੇ ਆਣ ਬਈ ਕੋਈ ਫਿਕਰ ਦਾ ਬੰਦਾ ਨਾਰਾਜ਼ ਨਾ ਹੋਵੇ ਇਹ ਸੈਂਪਲ ਮੈਂ ਦੱਸ ਰਿਹਾ ਡਿਜ਼ਾਇਨ ਹੈ ਇਹ ਇਹ ਥੋੜ੍ਹਾ ਜਿਹਾ ਉੱਤੇ ਚਲੇ ਗਿਆ ਇਹਨਾਂ 'ਚ ਇਸ ਪਾਸੋਂ ਨਾਰਾ ਆ ਗਿਆ ਜੀ ਯਾ ਅਲੀ ਯਾ ਅਲੀ ਠੀਕ ਹੋ ਗਿਆ ਜੀ ਇਹ ਥੋੜ੍ਹਾ ਜਿਹਾ ਉੱਤੇ ਨੇ ਹੈ ਕਬਜ਼ੇ ਯਦੈਨ ਨੇ ਉਹਨਾਂ ਨਾਲ ਕਿਉਂ ਨਹੀਂ ਖਲੋਤੇ ਜੀ ਇਹਨਾਂ ਦਾ ਇਮਾਮ ਜੁਦਾ ਹੈ ਫਿਕਾ ਵੀ ਜੁਦਾ ਹੈ ਕੋਈ ਜੋ ਮੈਂ ਨਾਮ ਦੱਸਣਾ ਫਿਕਾ ਦਾ ਵੀ ਇਮਾਮ ਦਾ ਵੀ ਡਿਜ਼ਾਇਨ ਦੱਸਾਂਗਾ ਸੈਂਪਲ ਗੱਲ ਕੋਈ ਆਪ ਵੀ ਲੱਭੂਗੇ ਨਾ ਗੱਲ ਟੋਰੋਗੇ ਤਾਂ ਗੱਲ ਟੁਰੇਗੀ ਨਾ ਹਾਂ ਬਾਈ ਤੁਸੀਂ ਹੱਥ ਬੰਨ ਕੇ ਜੀ ਅਸੀਂ ਵੀ ਹੱਥ ਬੰਨ ਕੇ ਕਿਹਦੇ ਆਖੇ ਜੀ ਆਪਣੇ ਇਮਾਮ ਸਾਹਿਬ ਦੇ ਕੌਣ ਇਮਾਮ ਜੀ ਹੈ ਸਾਡੇ ਸਾਹਮਣੇ ਅੱਲਾ ਹਜ਼ਰਤ ਖਲੋਤੇ ਨੇ ਉਹ ਇਮਾਮ ਸਾਹਿਬ ਇਹਨਾਂ ਦੇ ਹੱਥ ਸ਼ਿਕਮ ਤੇ ਤੂੰ ਬਣਵਾਏ ਨੇ ਜੀ ਅੱਲਾ ਜੀ ਮੈਂ ਹੀ ਬਣਵਾਏ ਨੇ ਉਹ ਮੇਰੇ ਨਬੀ ਪਾਕ ਦਾ ਫਰਮਾਨ ਹਦੀਸ ਹੈ ਸੱਲੋ ਕਮਾ ਰਹੇ ਤੋ ਮੂਨੀ ਉਸੱਲੀ ਨਮਾਜ਼ ਇੰਝ ਪੜੋ ਜੀ ਮੈਂ ਮੁਹੰਮਦ ਨੂੰ ਪੜ੍ਹਦਿਆਂ ਵੇਖੋ ਹੱਥ ਸ਼ਿਕਮ ਤੇ ਬਣਵਾਉਣ ਵਾਲਿਆ ਮੇਰੇ ਮਹਿਬੂਬੇ ਕਿਬਰੀਆ ਨੂੰ ਵੀ ਨਮਾਜ਼ ਪੜ੍ਹਦੇ ਜ਼ਿੰਦਗੀ 'ਚ ਵੇਖੇ ਹੋ ਸਕੇ ਜੀ ਮੈਂ ਵੀ ਨਹੀਂ ਵੇਖੇ ਕਿਉਂ ਜੀ ਮੈਂ ਅਬੂ ਹਨੀਫਾ ਸਰਕਾਰ ਤੋਂ ਹੀ ਬਾਅਦ ਪੈਦਾ ਹੋਇਆ ਜੀ ਮੈਂ ਆਖਿਆ ਜੀ ਜ਼ਰਾ ਇਹ ਇਜ਼ੋਨ ਕੇ ਸਾਰੀ ਦੀ ਹਾਲਤ ਅਗਲੇ ਆਓ ਜੀ ਫਿਰ ਬੰਬੂ ਲੱਗਾ ਜੀ ਆ ਗਏ ਜਵਾਰੀ ਨੇੜੇ ਫਿਰ ਸੈਂਪਲ ਬਾਹਰ ਆਇਆ ਉਹ ਫਰਿਸ਼ਤੋ ਇਹਨਾਂ ਦਾ ਕੀ ਸੈਂਪਲ ਹੈ ਜੀ ਕਬਜ਼ੇ ਯਦੈਨ ਹੀ ਨੇ ਇਹ ਥੋੜ੍ਹਾ ਜਿਹਾ ਉੱਤੇ ਚਲੇ ਗਏ ਨਹੀਂ ਬੋਲਦੇ ਪਏ ਇਸ ਡਿਜ਼ਾਇਨ ਨੂੰ ਤੇ ਵੇਖੋ ਯਾਰ ਸਮਝੋ ਪਤਾ ਜੀ ਹਾਂ ਠੀਕ ਹੈ ਫਿਰ ਬੋਲਦੇ ਥੋੜ੍ਹਾ ਪਹਿਲਾਂ ਉਹ ਕਬਜ਼ੇ ਯਦੈਨੀ ਹੈ ਜੀ ਕਬਜ਼ੇ ਯਦੈਨੀ ਹੈ ਉਹ ਤੁਹਾਡਾ ਇਮਾਮ ਜੀ ਹੈ ਸਾਡੇ ਸਾਹਮਣੇ ਉਹ ਇਮਾਮ ਸਾਹਿਬ ਇਹਨਾਂ ਦੇ ਹੱਥ ਸੀਨੇ ਤੇ ਤੂੰ ਬਣਵਾਏ ਨੇ ਜੀ ਮੈਂ ਹੀ ਬਣਵਾਏ ਨੇ ਜੀ ਨਬੀ ਪਾਕ ਨੂੰ ਨਮਾਜ਼ ਪੜ੍ਹਦਿਆਂ ਵੇਖੇ ਜੀ ਮੈਂ ਬਹੁਤ ਬਾਅਦ ਪੈਦਾ ਕੁਛ 100 ਕੁ ਸਾਲ ਬਾਅਦ ਨਬੀ ਦੇ ਵਿਸਾਲ ਤੋਂ ਬਾਅਦ ਆ ਗਈ ਜੀ ਆਪਣੀ ਵਾਰੀ ਝੋਕੀਆਂ ਦਾਦਾਂ ਦੇਣ ਵਾਲਿਆਂ ਲਓ ਜੀ ਇਹ ਹੁਣ ਕਤਾਰ ਆਪਣੀ ਜੇ ਮੈਂ ਬੜਾ ਰੁਕ ਕੇ ਇੱਥੇ ਟੁਰਨਾ ਜੀ ਅਗਲੇ ਮੈਂ ਸਰਸਰੀ ਨਜ਼ਰ ਮਾਰੀ ਮਤੇ ਸਮਝਣ ਸ਼ੀਆਂ ਦਾ ਜ਼ਾਕਰ ਹੀ ਤੇ ਆਪਣੇ ਲੋ ਇੰਜ ਕਰਕੇ ਗੁਜ਼ਰ ਗਿਆ ਮੈਂ ਖੁਦ ਸ਼ੀਆਂ ਮੈਂ ਆਪਣੇ ਵੇੜੇ ਚੁੱਕਾ ਸਮਝਣਾ ਆਪਣਾ ਜ਼ਰਾ ਹੱਥ ਨਮਾਜ਼ਾਂ ਨੂੰ ਤੰਗ ਹੀ ਹੈ ਉਹਨਾਂ ਕੋਲ ਬੋਰਿਆਂ ਵਿੱਚ ਪੰਡਾਂ ਵਿੱਚ ਐਕਸਟਰਾ ਨਮਾਜ਼ਾਂ ਪੋਟਲੀਆਂ ਹੈ ਮੇਰਾ ਲਾ ਰੁਮਾਲਾਂ ਦੀਆਂ ਕੰਨੀਆਂ ਵਿੱਚ ਛਾਪਰਾਂ ਵਿੱਚ ਨਮਾਜ਼ਾਂ ਥੋੜੀਆਂ ਛਾਪਰ ਡਬਲ ਡਬਲ ਕੀ ਕਿਹੜੇ ਕੋਈ ਕਿਰ ਨਾ ਜਾਏ ਬੋਲੋ ਤੇ ਸਹੀ ਨਾ ਸਰਫੇ ਦੀਆਂ ਥੋੜੀਆਂ ਹੀ ਹੁੰਦੀਆਂ ਨੇ ਜੀ ਅੱਲਾ ਹੀ ਖੈਰ ਕਰੇ ਉੱਥੇ ਫਿਰ ਫਰਿਸ਼ਤਾ ਉੱਥੇ ਤੇ ਜਿਹੜੀ ਕਤਾਰੇ ਦਿਲ ਉਸ ਬੋਰੇ 'ਚ ਮੂੰਹ ਮਾਰਿਆ ਤੇ ਬੰਬੂ ਮਾਰਿਆ ਜਨਾਬ
ਇੱਥੇ ਫਰਿਸ਼ਤਾ ਵੀ ਪਰੇਸ਼ਾਨ ਹੈ ਕਿਹਦੇ ਹੱਲ ਮਾਰਾਂਗੇ ਅੱਗੇ ਹੋ ਸਕਿਆ ਕੋ ਨਹੀਂ ਹੋ ਆਪ ਹੀ ਹੋ ਉਹ ਮੇਰੇ ਕੋਲ ਪੂਰੀਆਂ ਹੀ ਨਹੀਂ ਹੋਗੇ ਉਹਨੇ ਆਪਸ ਵਿੱਚ ਬੈਠਿਆ ਮਾਹੌਲ ਸੋਹਣਾ ਬਾਈ ਮਿਹਰਬਾਨੀ ਕਰੋ ਯਾਰ ਅਲੀ ਉਹਨੂੰ ਵਲੀ ਅੱਲਾ ਪੜਿਆ ਅਤੇ ਇਮਾਮ ਹੁਸੈਨ ਦੇ ਆਖਰੀ ਸਜਦੇ ਦਾ ਵਾਸਤੇ ਹੀ ਮਿਹਰਬਾਨੀ ਕਰ ਯਾਰ ਅੱਜ ਹੀ ਵਾਅਦਾ ਕਰਨਾ ਆਪਣੇ ਆਪ ਨਾਲ ਅੱਜ ਤਹੱਈਆ ਕਰ ਲਓ ਪਿਛਲੀ ਗੁਜ਼ਰ ਗਈ ਨਾ ਗੁਜ਼ਰ ਗਈ ਮਜਲਿਸ ਸੁਣਨ ਦਾ ਨਾਂ ਨਹੀਂ ਅਮਲ ਕਰਨ ਦਾ ਨਾਂ ਅੱਜ ਇੱਥੇ ਇਰਾਦਾ ਕਰਕੇ ਉੱਠ ਜਾ ਕਿ ਮੇਰਾ ਅੱਲਾ ਪਿਛਲੀਆਂ ਦੀ ਮਾਫੀ ਆਈ ਦੇ ਬਾਅਦ ਕਜ਼ਾ ਨਹੀਂ ਹੋਏਗੀ ਯਾਰ ਅਲੀ ਉਹਨੂੰ ਵਲੀ ਅੱਲਾ ਪੜੇ ਹੈ ਕਮ ਅਜ਼ ਕਮ ਕੋ ਚਾਰ ਸ਼ੀਆ ਹਿੰਮਤ ਕਰੋ ਫਰਿਸ਼ਤੇ ਅਤੇ ਬੰਬੂ ਜੋਈਆਂ 'ਤੇ ਪੜ੍ਹ ਲਓ ਯਾਰ ਇੰਝ ਨਾ ਹੋਵੇ ਪੜ੍ਹੇ ਅਲੀ ਉਹਨੂੰ ਵਲੀ ਅੱਲਾ ਜਿਵੇਂ ਬੰਬੂ ਗਿਆ ਉਹਨੇ ਖਾਲੀ ਵਾਪਸ ਐਸੇ ਵਾਸਤੇ ਮੁਰਸ਼ਦ ਅਲੀ ਫਰਮਾਏ ਵਾਲੀ ਵਿਲਾਇਤ ਹੈ ਮੇਰਾ ਸ਼ੀਆ ਮੈਂ ਅਲੀ ਵਾਸਤੇ ਬਾਇਸੇ ਨੰਗੋ ਆਰ ਨਾ ਬਾਣ ਬਾਇਸੇ ਫਖਰ ਬਾਣ ਬਾਇਸੇ ਫਖਰ ਬਾਣ ਮੌਲਾ ਮੁਤਕੀਆਂ ਫਰਮਾਉਂਦੇ ਨੇ ਅਗਰ ਮੁਆਸ਼ਰੇ 'ਚ ਮਸ਼ਹੂਰ ਹੋ ਗਏ ਨਾ ਕਿ ਇਹ ਅਲੀ ਵਾਲਾ ਜੇ ਸ਼ੀਆ ਜੇ ਮੌਲਾ ਫਰਮਾਉਂਦੇ ਨੇ ਫਿਰ ਇਹਨੀਂ ਜ਼ਿੰਦਗੀ ਗੁਜ਼ਾਰੀ ਅਲੀ ਵਲੀ ਲੱਪੜਨ ਦੇ ਬਾਅਦ ਮੈਦਾਨ ਮੁਆਸ਼ਰੇ 'ਚ ਐਲਾਨ ਹੋਵੇ ਨਾ ਜੀ ਅਲੀ ਦੇ ਸ਼ੀਆ ਆ ਰਹੇ ਨੇ ਮੈਂ ਤਿੰਨ ਵੇਖ ਕੇ ਮੂੰਹ ਦੂਜੇ ਪਾਸੇ ਨਾ ਕਰਨਾ ਪਵੇ ਬਲਕਿ ਫਰਿਸ਼ਤਾ ਨਾ ਖਾ ਉੱਠੋ ਇਸਤਕਬਾਲ ਕਰੋ ਤੁਹਾਡੇ ਪੀਰ ਭਾਈ ਆ ਸਰਕਾਰ ਵਾਲੀ ਵਿਲਾਇਤ ਦਾ ਫਰਮਾਨ ਹੈ ਐ ਮੇਰਾ ਸ਼ੀਆ ਤੇਰੇ 'ਚ ਅਗਰ ਮੁਆਸ਼ਰਾ ਨੁਕਸ ਤਲਾਸ਼ ਕਰੇ ਤਾਂ ਸਿਰਫ ਸਾਡੀ ਮੁਹੱਬਤ ਦਾ ਹੋਵੇ ਬੰਦੇ ਆਖਣ ਬੰਦਾ ਚੰਗਾ ਹੀ ਕਦੀ ਸ਼ੀਆ ਨਾ ਨਾ ਹੁੰਦਾ ਐ ਨੁਕਸ ਹੋਵੇ ਤੇਰੇ 'ਚ ਮੁਆਸ਼ਰੇ ਦੀਆਂ ਨਜ਼ਰਾਂ 'ਚ ਨੁਕਸ ਸਿਰਫ ਸਾਡੀ ਮੁਹੱਬਤ ਦਾ ਹੋਵੇ ਬਾਕੀ ਤੇਰੀਆਂ ਕੰਨੀਆਂ ਬਰਾਬਰ ਹੋਣ ਨਾਰਾਜ਼ ਤਾਂ ਨਹੀਂ ਹੋ ਰਹੇ ਤੁਸੀਂ ਮਿਹਰਬਾਨੀ ਕਰੋ ਨਾ ਯਾਰ ਤੁਸੀਂ ਹੋ ਨਾ ਜਿਨ੍ਹਾਂ ਦਾ ਇਮਾਮ ਸਜਦੇ 'ਚ ਗਿਆ ਤੁਹਾਡਾ ਕਸੇਰਾ ਮੁਯੱਸਰ ਨਸ਼ੁਦ ਈ ਸਾਦਤ ਬਕਾਬਾ ਵਿਲਾਦਤ ਬ ਮਸਜਿਦ ਸ਼ਾਹ ਅਤੇ ਫਿਰ ਅਲੀ ਉਨ ਵਲੀ ਉੱਲਾ ਪੜ੍ਹ ਕੇ ਤਾਂ ਬੇਨਮਾਜ਼ ਨਹੀਂ ਹੋਣਾ ਚਾਹੀਦਾ ਕਮ ਅਜ਼ ਕਮ ਸ਼ੀਆ ਬੇਨਮਾਜ਼ ਨਾ ਹੋਵੇ ਔਰ ਯਾਦ ਰੱਖਣਾ ਵਤਨੇ ਵਾਲਿਆ ਬਾਕੀ ਦੇ ਸੈਂਪਲ ਚੈੱਕ ਹੋ ਕੇ ਰੱਦ ਹੋ ਜਾਣੀਆਂ ਕਸਮ ਖੁਦਾ ਦੀ ਤੇਰਾ ਸੈਂਪਲ ਪਾਸ ਹੋਣੀ ਤੇਰੀ ਗਿਣਤੀ ਹੋਣੀ ਕੋਸ਼ਿਸ਼ ਕਰਨਾ ਬਾਈ ਮਿਹਰਬਾਨੀ ਕਰਨਾ ਮੇਰਾ ਹੁਸਨੇ ਜ਼ਾਨੇ ਸਾਰੇ ਨਮਾਜ਼ੀ ਬੈਠੇ ਹੋ ਜਿਹੜੇ ਕੋਈ ਬੱਚੇ ਨੇ ਉਹਨਾਂ ਵਾਸਤੇ ਮਿਹਨਤ ਕਰ ਸ਼ੀਆ ਕਦੀ ਬੇਨਮਾਜ਼ ਨਾ ਬੋਲ ਤਾਂ ਨਹੀਂ ਗੱਲ ਜੀ ਉਹ ਬੰਬੂ ਫਰਿਸ਼ਤੇ ਦੇ ਹੱਥ 'ਚ ਗੱਲ ਹੈ ਉੱਥੇ ਹੀ ਹੈ ਜੀ ਪੋਟਲੀਆਂ ਵਿੱਚ ਨਮਾਜ਼ਾਂ ਨੇ ਫਰਿਸ਼ਤਾ ਪਿਆ ਟੁੱਟਦਾ ਕਿਹਦੇ ਵਾਲੇ ਬੰਬੂ ਮਾਰਾਂ ਇੱਕ ਨਮਾਜ਼ੀ ਮੁਤਕੀ ਪਰਹੇਜ਼ਗਾਰ ਇਮਾਮ ਹੁਸੈਨ ਦਾ ਆਜ਼ਾਦਾਰ ਜ਼ੰਜੀਰ ਸਨ ਉਸ ਕਿਹਾ ਫਰਿਸ਼ਤਾ ਜੀ ਆ ਜਾ ਜਿਤਨੇ ਬੰਬੂ ਮਾਰਨੇ ਨਹੀਂ ਮਾਰ ਲੈ ਮੇਰੀ ਇੱਕ ਵੀ ਕਜ਼ਾ ਨਹੀਂ ਇਹ ਹੀ ਅਲੀ ਦਾ ਸ਼ੀਆ ਇਹ ਹੀ ਹਕੀਕੀ ਸ਼ੀਆ ਫਰਿਸ਼ਤੇ ਬੰਬੂ ਮਾਰਿਆ ਸ਼ੁਕਰ ਏ 5, 7, 12, 14 ਨਿਕਲੀਆਂ ਸਾਹ ਵੀ ਸਾਹ ਆ ਗਿਆ ਜੀ ਆਵਾਜ਼ ਏ ਕੁਦਰਤੇ ਹਾਂ ਬਾਈ ਫਰਿਸ਼ਤੋ ਜੀ ਮਾਲਕ ਇਹਨਾਂ ਦਾ ਕੀ ਸੈਂਪਲ ਏ ਜੀ ਰਫਾ ਯਦੈਨ ਬੋਲੀ 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 ਜੇ ਸਮਝ ਆ ਰਹੀ ਹੈ ਮਾਲਕ ਜਹਾਨੂ ਵੱਖਰਾ ਉਹਨਾਂ ਦਾ ਕੋਈ 19-20 ਦਾ ਫਰਕ ਆਈ ਕਿਸੇ ਨਾਲ ਨਹੀਂ ਜੇ ਪਿਆ ਮਿਲਦਾ ਫੁੱਟਾਂ ਦਾ ਫਰਕ ਹੈ ਜਾਂ ਮੇਰੀ ਪੰਜਾਬੀ ਜ਼ਾਕਰੀ ਜ਼ੁਬਾਨ ਵਿੱਚ ਰਫਾ ਯਦੈਨ ਦਾ ਕੀ ਤਰਜਮਾ ਬਣਦਾ ਹੈ ਜੀ ਅੱਲਾ ਜੀ ਖੁੱਲੇ ਹੱਥੀ ਉਹਨਾਂ ਦਾ ਕੀ ਡਿਜ਼ਾਇਨ ਹੈ ਬੱਧੇ ਹੱਥੀ ਇਹ ਕੀ ਸੈਂਪਲ ਹੈ ਰਫਾ ਯਦੈਨ ਖੁੱਲੇ ਹੱਥੀ ਪੜੀਆਂ ਨੇ ਅੱਲਾ ਜੀ ਹੈਣ ਵੀ ਪੂਰੀਆਂ ਹੀ ਤੇ ਹੈਣ ਵੀ ਜਹਾਨੋਂ ਵੱਖਰੀਆਂ ਖੁੱਲੇ ਹੱਥੀ ਕਿਸੇ ਨਾਲ ਨਹੀਂ ਜਪੀਆਂ ਮਿਲਦੀ ਆਵਾਜ਼ ਕੁਦਰਤ ਹੈਗੀ ਕੌਣ ਹੋਏ ਜੀ ਨਬੀ ਪਾਕ ਦੀ ਉਮਤ ਆ ਜੀ ਜੀ ਸ਼ੀਆ ਉਹਨੇ ਆ ਜੀ ਥਰ ਥਰ ਹਰ ਸ਼ਕਤ ਸ਼ੀਆ ਹੋ ਜੀ ਆ ਜੀ ਹੱਥ ਖੋਲ ਕੇ ਪੜ੍ਹਦੇ ਰਹੋ ਜੀ ਅੱਲਾ ਜੀ ਹੱਥ ਖੋਲ ਕੇ ਪੜ੍ਹੀ ਉਹ ਕਿਹਦੇ ਆਖੇ ਹੱਥ ਖੋਲੇ ਜੇ ਜੀ ਆਪਣੇ ਇਮਾਮ ਸਾਹਿਬ ਦੇ ਜੀ ਹਾਏ 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 ਨਹੀਂ ਨਾ ਪਿੱਛੇ ਰਹਿ ਗਿਆ ਪਿੱਛੇ ਰਹਿ ਗਿਆ ਤੂੰ ਕਿਹਦੇ ਆਖੇ ਹੱਥ ਖੋਲੇ ਨੇ ਚੇ ਚੇ ਕਿ ਮੈਂ ਪੜ੍ਹਨਾ ਗੱਲ ਮੈਂ ਅੰਦਰ ਵਾੜ ਜਾਂਗਾ ਉਹ ਫਿਰ ਕਿਸੇ ਦੀ ਮਰਜ਼ੀ ਹੈ ਜੀ ਓਏ ਕਿਤੇ ਆਖੇ ਹੱਥ ਖੋਲੇ ਜੇ ਜੀ ਆਪਣੇ ਇਮਾਮ ਸਾਹਿਬ ਦੇ ਕੌਣ ਹੈ ਤੁਹਾਡਾ ਇਮਾਮ ਇੱਕ ਮਾਤਮੀ ਬੋਲ ਕਹਿੰਦੇ ਜੀ ਸਾਡੇ ਉਂਝ 12 ਨੇ ਤੇ ਉਂਝ 1 ਹੀ ਨੇ ਆਏ ਹਾਏ ਮੈਂ ਸਦਕੇ ਹਾਂ ਜਿਹੜੇ ਸਮਝਿਓ ਬਈ ਤੁਹਾਡੀ ਮਿਹਰਬਾਨੀ ਬਈ ਜਿਹੜੇ ਸਮਝਿਓ ਅਵਲਨਾ ਮੁਹੰਮਦ ਔਸਤਨਾ ਮੁਹੰਮਦ
آخر نا محمد کل نا محمد مالک ساڈے تعداد 12 ہیں تے اون ایک ہی نے حقیقت ایک ہی کل نا محمد نہ لے اپنے امام دا گلا کرنا نہ لے جی علی مشکل کشا بادشاہ شیر خدا سرکار دے اکھے لگ کہ دے اکھے ہاتھ کھولے جے جی علی بادشاہ سرکار دے او کتھے تہاڈا امام جی اے سرکار سامنے کھلوتے آواز قدرت کی یا علی ان کیڈا سونا ماحول ہونا ہے جدوں اللہ بھی آخنا ہے نا یا علی ٹھنڈ نہیں پی جانی میں صدقے ہوں وہ جی میں اللہ پوچھے ابو حنیفہ امام مالک کوئی امام شافی احمد بن حمد یا علی جی اللہ جی جی میرا کہارو جبار اللہ اور یاد رکھے زمانہ نوٹ کر دے تو کوئی نوٹ کرے امام حسین دے ذاکرین دی لسٹ بنے سب تو آخر تے میرا نام ہے چھوٹا ذاکرہ میں اپنی قوم دی وکالت کر کے عقیدہ دس رہا ہوں فقہ جعفریہ اچ اللہ اس نو آدے نے جدا سجدہ علی پہ کرتا ساڈی فقہ جعفریہ اچ اللہ اس نو آدے نے جدا سجدہ حسنین کر رہا پاک سیدہ جدا سجدہ کر رہا آمنہ دلال جی دی ساس بار گئی سر تسلیم خم کر جی میرا اللہ جی میرا کہار و جبار جی میرا خالق و مالک یا علی ہے شیعہ پیا دینے سی توڑیا کے ہاتھ کھولے نے انہاں دے ہاتھ تسی کھلوائے نے لو بھیا جملے تے کتنی داد شبینی علن تے نہیں نہ مجلس نواز توڑے واسطے ہی ہے نا یار محنت تے توڑے واسطے انہاں نہیں پتہ بولنا کتے چپ کتے تو انہوں اللہ ملکہ دیتے ہیں تسی شیعہ سیانے بڑے ہو بولن تے ہو توڑے تو چنگا کوئی نہیں چپ تے ہو توڑے تو بڑا سلطان کوئی نہیں اے جملے تے جیڑا بندہ نہیں بولے گا شاید دل زخمی ہوئے گا توڑے واسطے میں محنت کر رہے ہیں یار اور یاد رکھنا جیڑی آوازاں مجلس حسین چوں کنجوسی نال بچا کے گھر لے جیو گھر چ لڑائی دے کام آؤں ایتھے آواز صرف کیتا کرو یا علی اے شیعہ پیا دینے سی علی دیا کے ہاتھ کھولے نے گل سچی ہے نماز وچ ہاتھ تسی کھلوائے نے میرا مرشد بول کے مسکرا کے کہے گا نہیں میرا اللہ صرف میں نہ کھلوائے میرے یاراں پتراں وی کھلوائے ہائے ہائے تواڈے ہاتھ بولا انشاءاللہ خیرات تو خالی نہ ہوں میں صدقے ہوں صرف میں نہیں مل کے یک زبان تائید حیدری بسم اللہ بسم اللہ اگے بندے سوزی ذاکر نو دیندے اللہ زندگی دے میرے واسطے سوا لکھ میرے مالک قبول فرمائے یا علی شیعہ دے ہاتھ تسی یا میرا اللہ صرف میں نہیں میرے یاراں پوترا میرے حسن حسین وی آکھائی میرے تکی و نکی وی آکھائی کھولو میرے ہادی و مہدی وی آکھائی کھولو مالک میں تے میرے یاراں پوترا انہاں دے کھلوائے اے ساڈے ہی نے منن نال کھاتے جڑا پے گیا نا آل محمد دا پا رہے ہو کے مالک صرف آخ لین ساڈے ہی یا علی نہ دے ہاتھ تسی جی میں کھلوائے نے میرے یاراں پتراں میں کھلوائے نے اس سے عدالت چونکہ کہار و جبار ہے نا عادل ہے کرسی عدالت بیٹھے جہان میدان معاش اس سے لہجے نال آواز کر یا علی اے شیعہ دے ہاتھ کھلوا لے جے میرے محبوب کبریا میں نہ لال فرمان تے حدیث ہے سلو کمار ہے تو مونی وسلی نماز انج پڑھو جی میں محمد نو پڑھ دیں ویکھو یا علی سنے پتراں شیعہ دے ہاتھ کھلوائے جے اے میرے محبوب نو بھی نماز پڑھ دیں ویکھیا جے اسے لہجے نال اسے عدالت نال ابو حنیف تے پوچھے میرے محبوب نماز پڑھ دے ویکھو سکے جی میں 70 سال بعد پیدا او امام مالک تو ویکھے جی میں 82 سال بعد پیدا او امام شافی تو ویکھے جی میں 100-120 سال بعد او احمد بن حنبل تو ہاتھ بنوائے نے تو ویکھے میرے نبی نے نماز پڑھ دے جی میں 150 سال بعد اسے لہجے نال یا علی شیعہ دے ہاتھ کھلوائے جے میرے محمد نو نماز پڑھ دیاں ویکھیا جے ایک سلوات پڑھو جی ٹل بڑا پہ لگتا اللہم صلی اللہ علیہ وسلم ٹھیک ہو گیا اصل میں سوزی ذاکر نہیں نصری ذاکر ہاں غریب مٹھا مٹھا پڑھنا لے لوگ تھوڑا جا آواز پھر دینا جی لو جی پوری توجہ جملے واسطے میں رک گیا تاکہ ہر بندے تک میرا جملہ پہنچے جی
ਯਾ ਅਲੀ ਮੇਰੇ ਮਹਿਬੂਬ ਕਿਬਰੀ ਆਮਿਨਾ ਦੇ ਲਾਲ ਨੇ ਫਰਮਾਇਆ ਸ਼ੱਲੂ ਕਮਾਰ ਐ ਤੁਮੂਨੀ ਉਸੱਲੀ ਨਿਮਾਜ਼ ਐਸੇ ਪੜ੍ਹਨਾ ਜੈਸੇ ਮੁਝ ਮੁਹੰਮਦ ਕੋ ਪੜ੍ਹਤੇ ਹੋਏ ਦੇਖੋ। ਇਹ ਯਾ ਅਲੀ ਸ਼ੀਆਂ ਦੇ ਹੱਥ ਖੁਲਵਾਏ ਜੇ ਮੇਰੇ ਮੁਹੰਮਦ ਨੂੰ ਵੀ ਨਿਮਾਜ਼ ਪੜ੍ਹਦਿਆਂ ਵੇਖਿਆ ਜੇ। ਹੁਣ ਜਿਹੜਾ ਬੰਦਾ ਚੁੱਪ ਰਹੇਗਾ ਉਹਦੇ 'ਤੇ ਗਿਲਾ। ਅਲੀ ਬੋਲਣ ਹੀ ਲੱਗੇ ਨੇ, ਬਾਬੇ ਦੇ ਬੋਲਣ ਤੋਂ ਪਹਿਲੇ ਮਹਾਰਾਜ ਅਲ ਬਹਰਾਇਨ ਦਾ ਛੋਟਾ ਮੋਤੀ ਬਾਬੇ ਦੇ ਸੱਜੇ ਮੋੜੇ ਨਾਲ ਅੱਗੇ ਵਧਿਆ। ਮੇਰਾ ਅੱਲਾ ਮੈਂ ਦੱਸਣਾ ਚਾਹੁੰਦਾ, ਆਵਾਜ਼ ਕੁਦਰਤ ਬੋਲ ਹੁਸੈਨ ਹੱਥ ਖਲਾ ਕਰਕੇ ਪੁੱਤਰ ਬਤੂਲ ਦਾ ਪਿਆ ਲੈ, ਮਾਲਕ ਤੂੰ ਪਿਆ ਪੁੱਛਣਾ ਮੁਹੰਮਦ ਨੂੰ ਪੜ੍ਹਦਿਆਂ ਵੇਖਿਆ ਜੇ। ਕੱਲ ਦੀ ਛੱਡ ਆਖ ਆਪਣੇ ਨਬੀ ਨੂੰ, ਇੱਥੇ ਮੁਸੱਲਾ ਵਿਛਾਏ ਮੈਂ ਦੱਸਾਂ ਨਾਨਾ ਸਜਦਾ ਕਿਵੇਂ ਕਰਦਾ ਈ, ਮੈਂ ਕੰਢ ਤੇ ਕਿਵੇਂ ਬਾਹਰ ਲਾਈ। ਅੱਲਾ ਤੁਹਾਡੇ ਹੱਥ ਸਲਾਮਤ ਹੈ, ਮੇਰਾ ਅੱਲਾ ਮੈਨੂੰ ਤੇਰੀ ਤੋਹੀਦ ਦੀ ਕਸਮ, ਮੈਂ ਖੇਡਣ ਵਾਸਤੇ ਨਾਨੇ ਦੀ ਕੰਢ ਤੇ ਨਹੀਂ ਬੈਠਾ, ਮੈਂ ਆਪਣੇ ਪਿਓ ਦੇ ਸ਼ੀਆਂ ਦੀ। ਬਹੁਤ ਮਿਹਰਬਾਨ ਅੱਲਾ, ਮਿਹਰਬਾਨੀ ਮੇਰਾ ਅੱਲਾ ਮੈਂ ਖੇਡਣ ਵਾਸਤੇ ਨਾਨੇ ਦੀ ਕੰਢ ਤੇ ਨਹੀਂ ਬੈਠਾ, ਮੇਰਾ ਅੱਲਾ ਮੈਂ ਆਪਣੇ ਪਿਓ ਦੇ ਸ਼ੀਆਂ ਦੀ ਤਸੱਲੀ ਵਾਸਤੇ ਬੈਠਾ। ਇੰਨਾ ਖੋਲਣੇ ਨੇ ਸਾਡੇ ਆਖੇ ਲੱਗ, ਤੇ ਸਾਡੇ ਥੋੜੇ ਹੀ ਆਉਂਦੇ ਨੇ, ਆਉਂਦੇ ਥੋੜੇ ਨੇ, ਹੁੰਦੇ ਸੁੱਚੇ ਨੇ, ਪਿੰਡਾਂ ਵੀ ਥੋੜ੍ਹੇ, ਮਹੱਲਿਆਂ ਵੀ ਥੋੜ੍ਹੇ, ਫੈਕਟਰੀਆਂ ਵੀ ਥੋੜ੍ਹੇ, ਸਕੂਲੋ ਕਾਲਜਾਂ ਵੀ ਥੋੜ੍ਹੇ, ਜ਼ਿਲ੍ਹੇ ਥੋੜ੍ਹੇ ਵੱਖਰਾ ਕਰਨ ਅਤੇ ਚੋਖੇ ਨੂੰ ਫਿਰ ਤਕਲੀਫ ਤਾਂ ਆਉਂਦੀ ਹੈ ਅਤੇ ਫਿਰ ਉਹਨਾਂ ਚੋਭਾਂ ਦੇਣੀਆਂ ਨੇ। ਹੈ ਬਿਦਤੀਆਂ ਉਹ ਸਾਰਾ ਜਹਾਨ ਦੇ ਰੋਜ਼ੇ ਖੁੱਲ੍ਹ ਜਾਂਦੇ ਨੇ, ਸਮੋਸੇ ਮੁੱਕ ਜਾਂਦੇ ਨੇ, ਪਕੌੜੇ ਵੀ, ਤੁਹਾਡਾ ਇਹ ਨਹੀਂ ਪਿਆ ਖੁੱਲ੍ਹਦਾ, ਵੱਖਰੇ ਹੀ ਕੰਮ ਕਰਨੇ ਆਉਂਦੇ ਨੇ। ਵੇਖਿਆ ਸਾਰੇ ਜਹਾਨ ਬੰਨੇ ਨੇ, ਤੁਸੀਂ ਖੁੱਲ੍ਹੀ ਵੱਖਰੇ ਹੀ ਕੰਮ ਕਰਿਆ ਜੇ। ਉਹ ਜਿਸ ਵੇਲੇ ਯਾ ਅੱਲਾ ਮੈਂ ਇਸ ਵਾਸਤੇ ਬੈਠਾ ਹੀ ਨਾਨੇ ਦੀ ਕੰਢ 'ਤੇ, ਜਿਹੜੇ ਚੋਖੇ ਚੋਭ ਆਉਂਦੇ ਨਾ ਸਾਡੇ ਥੋੜ੍ਹਿਆਂ ਨੂੰ, ਕਿੱਥੋਂ ਆਉਂਦੀ ਜੇ ਖੁੱਲ੍ਹੇ ਹੱਥੀਂ ਲੱਖਾਂ ਦੀ ਅੱਖ 'ਚ ਪਾਕ ਪਾ ਕੇ ਸਾਡੇ ਮੰਨਣ ਵਾਲਾ ਸਿਰ ਨੀਵਾਂ ਨਾ ਕਰੇ। ਉਹਨੂੰ ਆਖੇ ਪੈਗੰਬਰ ਦੀ ਹਦੀਸ ਹੈ, ਸੱਲੂ ਕਮਾ ਰਹੇ ਤਮੋਨੀ ਉਸੱਲੀ, ਉਂਝ ਪੜੀ ਜਿਵੇਂ ਮੁਹੰਮਦ ਨੂੰ ਪੜ੍ਹਦਿਆਂ ਵੇਖੇ। ਤੂੰ ਦੱਸ ਕਿਹਦੇ ਆਖੇ ਬੰਨੇ ਨਹੀਂ, ਮੈਂ ਤੇ ਉਹਦੇ ਆਖੇ ਖੋਲੇ ਨਹੀਂ ਜਿਹੜਾ ਮੁਹੰਮਦ ਨੂੰ ਕੰਢ 'ਤੇ ਬਹਿ ਕੇ ਵੇਖਦਾ ਰਹੇ। ਮਜਲਸ ਕਬਰ ਦੇ ਫੈਸਲੇ ਦਾ ਨਾਮ ਹੈ, ਮਜਲਸ ਆਕਿਬਤ ਸਮਾਰਨ ਦਾ ਨਾਮ ਹੈ, ਸੁਣ ਕੇ ਟੁਰ ਜਾਣ ਦਾ ਨਾਮ ਮਜਲਸ ਨਹੀਂ। ਇੱਥੋਂ ਕੁਝ ਲੈ ਕੇ ਜਾਓ, ਮੇਰੀ ਗੁਫਤਗੂ ਦਾ ਨਤੀਜਾ ਜੀ, ਮੇਰਾ ਇੱਕ ਪੈਗਾਮ ਆਪਣੇ ਭਾਈਆਂ ਵਾਸਤੇ। ਅੱਜ ਰਾਤ ਆਪਣੇ ਮਸੱਲੇ 'ਤੇ, ਆਪਣੀ ਮਸਜਿਦ 'ਚ, ਆਪਣੇ ਇਮਾਮ ਸਾਹਿਬ ਦੇ ਪਿੱਛੇ ਜਿਵੇਂ ਅੱਗੇ ਪੜ੍ਹਦੇ ਹੋ ਬਿਸਮਿਲਲਾ, ਉਂਝੇ ਪੜ੍ਹੋ, ਨਮਾਜ਼ ਤੁਹਾਡੀ ਹੈ, ਤੁਹਾਡੀ ਕਬਰ ਹੀ ਜਾਣੀ। ਸਿਰਫ ਇੱਕ ਸੱਯਦ ਹੋਣ ਦੇ ਨਾਤੇ ਬਈ ਮੇਰਾ ਹੱਕ ਹੈ ਤੇਰੇ 'ਤੇ, ਕੁਝ ਵੀ ਨਾ ਸਮਝ, ਨਸਲੇ ਰਸੂਲ 'ਤੇ ਮੈਂ ਹਾਂ ਨਾ, ਐਜ਼ ਏ ਸੱਯਦ ਮੇਰਾ ਸੁਣੀ ਬਈ ਮੇਰਾ ਹੱਕ ਹੈ ਤੇਰੇ 'ਤੇ, ਮਿੰਨਤ ਹੈ ਮੇਰੀ ਤੇਰੇ 'ਤੇ। ਦਸਤ ਬਦਸਤਾ ਮੁਸੱਲੇ 'ਤੇ ਖੜਾ ਹੋ ਕੇ ਜਿਲ੍ਹੇ ਨਮਾਜ਼ ਮਗਰੇ ਬਹਿਣ ਪੜ੍ਹਨ ਲੱਗੇ, ਵਜ਼ੂ ਕਰਕੇ ਮੁਸੱਲੇ 'ਤੇ ਖਲੋ ਕੇ ਨੀਤਣ ਤੋਂ ਪਹਿਲੇ ਅੱਧਾ ਮਿੰਟ ਸਕਿੰਟ ਲੱਗੇਗਾ, ਨਾ ਸੁਣੀਆਂ ਤੋਂ ਪੁੱਛਣਾ ਨਾ ਸ਼ੀਆਂ ਤੋਂ। ਮੁਸੱਲੇ 'ਤੇ ਖਲੋਤੇ ਹੈ, ਬਾਰਗਾਹ ਖੁਦਾ ਹੈ, ਅੱਲਾ ਨਬੀ ਹਾਜ਼ਰ ਓ ਨਾਜ਼ਰ, ਕਬਰ ਸਾਹਮਣੇ, ਚੌਖੀ ਗੁਜ਼ਰ ਗਈ, ਥੋੜ੍ਹੀ ਰਹਿ ਗਈ, ਸਾਹ ਦਾ ਵਸਾ ਨਹੀਂ, ਅਗਲਾ ਆਵੇ ਨਾ ਆਵੇ, ਕਬਰ ਹੀ ਤਨਹਾ ਜਾਣਾ, ਕੀਤੀ ਨਾਲ ਲੈ ਜਾਣੀ, ਇਸ ਨਮਾਜ਼ ਨੇ ਕਬਰ 'ਚ ਕੰਮ ਆਉਣਾ। ਮੁਸੱਲੇ 'ਤੇ ਖਲੋ ਕੇ ਇੱਕ ਮਿੰਟ ਆਪਣੇ ਜ਼ਮੀਰ ਕੋਲ ਪੁੱਛੀ, ਭਾਈ ਇਹ ਜਿਸ ਫਿਕਾ ਦੇ ਇਮਾਮ ਸਾਹਿਬ ਦੇ ਆਖੇ ਲੱਗ ਕੇ ਮੈਂ ਨਮਾਜ਼ ਸ਼ਰੀਫ ਪੜ੍ਹਨ ਲੱਗਾ, ਇਸ ਮੇਰੇ ਇਮਾਮ ਸਾਹਿਬ ਨਬੀ ਪਾਕ ਨੂੰ ਪੜ੍ਹਦਿਆਂ ਵੇਖਿਆ? ਜ਼ਮੀਰ ਤੋਂ ਪੁੱਛਣਾ, ਛੋੜ ਸੁਣੀ ਸ਼ੀਆ, ਛੋੜ ਮੌਲਵੀ ਦਾ, ਆਪਣੇ ਜ਼ਮੀਰ ਤੋਂ ਪੁੱਛਣਾ, ਨਬੀ ਪਾਕ ਫਰਮਾਏ ਉਂਝ ਪੜੀ ਜੇ ਮੈਨੂੰ ਪੜ੍ਹਦਿਆਂ ਵੇਖੇ, ਮੈਂ ਤਾਂ ਵੇਖਿਆ ਨਹੀਂ, ਇਹ ਜਿਹਦੇ ਆਖੇ ਲਾ ਕੇ ਪੜ੍ਹਨ ਲੱਗਾ ਉਹਨੇ ਵੇਖਿਆ, ਜੇ ਜ਼ਮੀਰ ਵੀ ਆਖੇ ਨਾ ਕੋਈ ਨਹੀਂ ਵੇਖਿਆ ਉਸ। ਅਬੂ ਹਨੀਫਾ 70 ਸਾਲ ਬਾਅਦ ਪੈਦਾ ਹੋਏ, ਮਾਲਕ 84 ਸਾਲ ਬਾਅਦ, ਸ਼ਾਫੀ 100-120 ਸਾਲ ਬਾਅਦ, ਅਹਿਮਦ ਬਿਨ ਹੰਬਲ 150 ਸਾਲ ਬਾਅਦ, ਫਿਰ ਉੱਥੇ ਹੀ ਖਲੋ ਕੇ ਆਪਣੀ ਕਬਰ ਦਾ ਫੈਸਲਾ ਕਰ ਲਈ। ਨਬੀ ਆਖੇ ਉਂਝ ਪੜੀ ਜੀ ਮੈਨੂੰ ਪੜ੍ਹਦਿਆਂ ਵੇਖੇ, ਮੁਹੰਮਦ ਦੀ ਨਮਾਜ਼ ਉਹ ਠੀਕ ਦੱਸਦੇ ਨੇ ਜਿਹੜੇ ਜੰਮੇ ਸੈਂਚਰੀਆਂ ਸਾਲ ਬਾਅਦ ਨੇ, ਜਾਂ ਉਹ ਠੀਕ ਦੱਸਦੇ ਨੇ ਜਿਹੜੇ ਖੇਡੇ ਹੀ ਨਾਨੇ ਦੀ ਝੋਲੀ 'ਚ, ਪਰਵਾਹ ਨਹੀਂ ਨਾਨੇ ਦੀ ਝੋਲੀ, ਲਾਭ ਇਹਦੀ ਸੋਚ।
اگر دین محمد دا آل محمد کو لیا جاندا تے علی دیاں دہیاں بازاراں چ میں صدق پوا میں صدق پوا اگر دین نبی دا آل نبی کو لیا جاندا نہ رول دیاں علی دیاں سوا لکھ نبیاں دی محنت وطن علی برباد ہو گئی ہے جس لے حرامی شام آکھے بہن بھرا دا نکاح جائے سوا لکھ نبیاں دی محنت غرق ہو گئی جس لے کہ شراب سرعام پیو پھپھی بنے دا نکاح جائے بہن بھرا دا نکاح جائے یہ آواز پہنچی ہے مدینے تڑپ گئی ہے میری سین پاک آلیہ مسلے تو آواز سن دی مسلے تو اٹھی حجرے چ باہر نکلے جتھے حسین نماز پہ پڑھ دے بھرا دے مسلے دے سامنے آ کے بیٹھی حسین اے اعلان سنے فرمایا سنے اے کون ہے جڑا میرے نانے دا دین بدل دے بھائی تاریخ بند اس جملے چ بھرا دا ہاتھ پکڑ کے دیے انہاں نوں کس دسے محمد اب تارے میرا نانا بے وارث نہیں اسی وارث ہاں پھر آدھا ہاتھ پکڑ کے دی نہیں حسین کائنات ساری یزید ہو جائے کائنات دے کتے بدماشک پاسے کھلوتے ہوں تیرے جا بھرا ہوئے تے میرے جا ہی بہن ہو کائنات تل پہلا ہے نہیں بہن بھرا دا نکاح اٹھ چل یہ کتھوں دیں اما دی جائی شام دا فرمائے چل لی دے گھر جا کے اسنو دسیے نانے دا دین بے وارث نہیں اسی نانے دے وارث فرمایا اما دی جائی سفر بڑائی شام پد ڈھیری اے ماں دی قبر ہے تو روز ماں دی قبر تے نہیں جانتا کیویں ٹریں گی پھر آ دا ہاتھ چمکیا دی میرے ٹرن نال جے دین بچدا ہے تے زینب واہ 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 بھائی جڑے سمجھ کے روئے ہو تہاڈی مہربانی بھائی اگر میرے ٹرن نال او دا دین بچدا ہے نا تے میں ٹراں گی نا ترے واری شبیر ویڑے سجے ویکھے ترے واری کھبے جڑے بندے ذاکر نہیں سمجھدے بیرا دی داڑی تلے ہتھ رکھے قبلت بین عینیہ متھا چمکیا دی سجے کھبے پہ بین ہے اج بھرا یاد آئے کوئی نہیں نہ حسن اوکھے ویلے بھرا یاد آمد تو میں حسن سمجھنا اگر پورے رستے چ میں تین بھرا دی کمی محسوس ہونی تھی تے اکھی میں تو بطول دی دین آئی میں ود ود کے تیرے نال حصہ پاواں گی فرمایا نہیں اماں دی جائی میں بھائی دی کمی نہیں محسوس ہو رہی تے رونا کیوں ہے فرمایا میں رونا اس واسطے ہاں میں رستے دا مسافر ہاں منزل شام ہے نہیں میں سمجھایا نہیں پھر اماں دی جائی میں تاں رونا منزل شام ہے میں توڑ نہیں جانا میں مسافر رستے دا منزل شام ہے شیعہ ہوئے تو دی ہائے نکلنی چاہی دی ہے بھرا دے گل بھائی پا کیا دی ٹرنے دو میں جتھے تھک پی ہوں تو سو جائیں شام جانے میں زینب بازار جانے میں علی دی دھی جانا دربار جانے میں جاؤں گی شام میں بہن بھرا دا نکاح نہیں جائز ہوں دیں گی میں جاؤں گی نہ شام فرمایا صرف شام جانا نہیں اتھے خطبہ بھی پڑھنا ہے فرمایا میں پڑھ لوں گی نا فرمایا میں کیویں یقین کروں اکی رمضان دی رات ہے کل دی گل ہے من دی جائی شہر کوفہ ہی تے بابے دا آخری ٹائم آئی کتنی واری پیو منتاں کیتیاں من قرآن سنا من دی جائی پتہ ہی تو کیا آکھے بابے نو تو آکھے میرا سننے تے میرے بھراواں نو اپنے حجرے چ باہر کر اسی 18 پتر علی دے روندے باہر نکلے آئے اسی تے تیری من کے باہر نکل گئے شام دا درباری 500,000 بدماشاں نہ بچنے کنوں کنوں اٹھائیں گی تے کیویں بولیں گی پھرا دے گل بھائی پا کے دی رو نہیں نہ آپ رو نہ میں روا ایک واری شام ان پہنچن دے جے 500,000 بدماشاں چ انج بولاں گی نہ بینے پوچھن گے علی کتھے پیا بولنا ہے اج علی کتھے خطبے پیا پڑھدا ہے میرے پڑھن نال تہاڈا دین بچدا ہے تے زینب ہاں واہ 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 وطن علیا تیری ہائے دسدی ہے تیرے دل چ درد علی دی دی اماں دی جائی میں جاؤں گی شام اماں دا جایا میں شام جاؤں گی میں فتح کراں گی شام اور پھر سب تو بڑے محافظ دا نا شام جڑا علی دی دھی بن چادر دے فتح
ਮੇਰੀ ਕਰੋੜ ਮਜਾਲ, ਮੇਰੀ ਲੱਖ ਮਜਾਲ। ਅਸੀਂ ਫਿਰ ਰੂਟੀਨ 'ਚ ਪੜ੍ਹ ਜਾਂਦੇ ਹਾਂ ਨਾ, ਤੁਸੀਂ ਆ ਲਾਈਟ ਲੈਂਦੇ ਹੋ ਇਹਨਾਂ ਗੱਲਾਂ ਨੂੰ, ਸੁਣ 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 ਕੇ ਨਾ ਤੁਹਾਡੇ ਜ਼ਿਹਨ 'ਚ ਗੱਲਾਂ ਬੈਠ ਗਈਆਂ। ਵਰਨਾ ਥੋੜ੍ਹਾ ਜਿਹਾ ਰੁਕ ਕੇ ਸੋਚੋ ਨਾ ਜੀ, ਕੁਜਾ ਸ਼ਾਹਜ਼ਾਦੀ ਆਲਮੀਨ, ਕੁਜਾ ਕਾਇਨਾਤ ਦਾ ਕੁੱਤਾ ਬਦਮਾਸ਼, ਅਕੀਦਤ ਨਾਲ ਮੈਨੂੰ ਬੁਲਾਇਆ ਨੇ, ਮੇਰੇ ਘਰ ਅੱਜ ਪਰੇਸ਼ਾਨੀ ਆਈ, ਕਸਮ ਖੁਦਾ ਦੀ ਮੈਂ ਇਹਨਾਂ ਨੂੰ ਦੱਸਿਆ ਵੀ ਨਹੀਂ। ਮੈਂ ਕਿਹਾ ਮੈਂ ਜ਼ਿਕਰ ਹੁਸੈਨ ਨੂੰ ਨਹੀਂ ਕੁਰਬਾਨ ਕਰਾਂਗਾ, ਮੈਂ ਜਾਊਂਗਾ ਮਾਲਕ ਜ਼ਿਕਰ ਦਾ ਸਦਕਾ ਪਰੇਸ਼ਾਨੀ ਦੂਰ ਕਰੇਗਾ। ਬੱਚਾ ਥੋੜ੍ਹਾ ਜਿਹਾ ਗੁੰਮ ਹੋਇਆ, ਦੁਆ ਫਰਮਾਨਾ ਮਾਲਕ ਉਹ ਜਲਦੀ ਆਉਂਦੇ। ਉਹਨਾਂ ਕਿਹਾ ਸ਼ਾਹ ਜੀ ਪੜ੍ਹ ਲਓ, ਕੋਈ ਪ੍ਰੋਬਲਮ ਨਹੀਂ, ਜਿਤਨਾ ਪੜ੍ਹੋ ਤੁਹਾਡੀ ਮਰਜ਼ੀ ਹੈ, ਕੁਰਸੀ ਉਹਨਾਂ ਰੱਖੀਏ, ਥੱਕੇ ਉਹ 'ਤੇ ਬੈਠ ਜਾਓ। 40-45 ਮਿੰਟ ਮੈਂ ਪੜ੍ਹ ਬੈਠਾ ਆਪਣੇ ਅਕੀਦਤ ਮੰਦਾਂ 'ਚ, ਸਾਡੇ ਨਾਲ ਚੋਖਾ ਪਿਆਰ ਕਰਦੇ ਹੋ, ਇਨਸ਼ਾਅੱਲਾ ਤੁਹਾਡੇ ਘਰ ਆਬਾਦ ਹੋ, ਪਰਦੇਸ ਹੀ ਸਾਨੂੰ ਘਰ ਦਾ ਅਹਿਸਾਸ ਨਹੀਂ ਹੋ, ਥੱਕਿਆਂ ਵੀ ਦਾ ਸੋਹਣਾ ਬੋਲਦੇ ਹੋ, ਸਾਡੀਆਂ ਥਕਾਵਟਾਂ ਮੁੱਕ ਗਈਆਂ। ਮੈਂ 45 ਮਿੰਟ ਤੁਹਾਡੇ 'ਚ ਖਲੋਤਾ, ਅਲਹਮਦੁਲਿਲਾ ਮੈਂ ਤੰਦਰੁਸਤ ਹਾਂ, ਇਸ ਦੇ ਬਾਵਜੂਦ ਮੈਂ ਕਦੀ ਸੱਜੇ ਹੱਥ ਦਾ ਸਹਾਰਾ ਲਿਆ, ਮੈਂ ਕਦੀ ਖੱਬੇ ਹੱਥ ਦਾ ਸਹਾਰਾ ਲਿਆ, ਵਤਨਿਆ ਲਿਆ, ਮੈਂ ਕਦੀ ਸੱਜਾ ਪੈਰ ਚਾਹ ਕੇ ਸਾਈ ਕੱਢੀ, ਕਦੀ ਖੱਬਾ ਪੈਰ ਚਾਹ ਕੇ। ਮੈਂ 45 ਮਿੰਟ ਮਰਦ ਹੋ ਕੇ ਆਪਣੇ ਅਕੀਦਤ ਮੰਦਾਂ ਸ਼ੀਆਂ 'ਚ ਦੋਵਾਂ ਪੈਰਾਂ 'ਤੇ 10 ਮਿੰਟ ਨਹੀਂ ਖਲੋ ਸਕਿਆ। ਇਹ ਸਾਡੇ ਰੋਣ ਦੀ ਵਜ੍ਹਾ ਹੈ, ਜਿਹਦਾ ਦੁੱਖ ਸੁਣ ਕੇ ਅਸੀਂ ਡਾਂ ਮਾਰ ਕੇ ਫਿਰ ਆਉਂਦੇ ਹਾਂ ਨਾ। 5 ਲੱਖ ਬਦਮਾਸ਼ ਪਿਆ ਹੱਸਦਾ ਹੈ, ਜਿਹਨਾਂ 'ਚ 9 ਘੰਟੇ ਅਲੀ ਦੀ ਧੀ ਇੰਜ ਹੱਥ ਇੰਜ ਬੰਨੇ ਆਣ, ਨਾ ਸੱਜਾ ਪੈਰ ਚਾਹ, ਮੈਂ ਬਿਸਮਿਲਲਾ ਮੈਂ ਬਿਸਮਿਲਲਾ ਮੈਂ ਬਿਸਮਿਲਲਾ। ਸਭ ਤੋਂ ਬੜਾ ਮਹਾਜ਼ਾ ਇਸ਼ਾਨ ਦਾ, ਔਰ ਮੇਰਾ ਸੁਣੀ ਬਾਈ ਸਾਡੇ ਨਾਲ ਮਿਲ ਕੇ ਇਸ ਕੁੱਤੇ 'ਤੇ ਲਾਨਤ ਕੀਤਾ ਕਰੋ, ਇਹੋ ਬੇਹਯਾ ਹੈ ਜਿਸ ਨਬੀ ਦੀ ਨਿਵਾਸੀ ਨੂੰ ਪਹਿਲੀ ਵਾਰੀ ਤੂੰ ਕਰਕੇ ਬੁਲਾ। ਉਹ ਆਦੇ ਉਹ ਸ਼ਿਮਰ ਤੂੰ ਧਿਆਨ ਹੈ, ਉਹ ਜ਼ਿੰਦਾ ਨੌ ਫਿਰਾ ਮਰਾ ਕੇ ਏਡੇ ਹੌਸਲੇ ਵਾਲੀ ਕਿੱਥੇ ਹੀ ਉਹ ਸਕਿਆ, ਚਿੱਟੇ ਵਾਲਾਂ ਵਾਲੀ ਬੀਬੀ ਦੇ ਪਿੱਛੇ ਹਟਾ ਇਸ ਨੂੰ, ਮੈਂ ਇਹਦੇ ਨਾਲ ਕੋਈ ਗੱਲ ਕਰਨੀ। ਅਰਸ਼ ਜ਼ਮੀਨ ਤੇ ਆ ਪਾਉਂਦਾ, ਮੁੱਕ ਜਾਂਦੀਆਂ ਸ਼ਹੀਦਾਂ ਦੀਆਂ ਨਸਲਾਂ, ਹਟਾਇਆ ਗਿਆ ਮੌਸਨੇ ਸਾਦਾਤ ਨੂੰ, ਮਲਕਾ ਹਬਸ਼ ਨੂੰ, ਜਿਤਨੇ ਸੈਦ ਹੋ ਅਸੀਂ ਮਕਰੂਜ਼ ਹਸੈਨ ਫਿਜ਼ਾ। ਓਹ 80 ਸਾਲ ਦੀ ਜ਼ਈਫਾ ਸਫੈਦ ਵਾਲ, ਮੈਂ ਸਦਕੇ ਆਵਾਂ ਕੋੜੇ ਮਾਰ ਮਾਰ ਕੇ ਹਟਾਇਆ, ਤੇ ਰੋ ਕੇ ਆਦੀ ਅੰਮਾ ਹਟ ਜਾ ਮੈਂ ਰਾਜ਼ੀ ਹਾਂ, ਅੰਮਾ ਹਟ ਜਾ, ਫਿਜ਼ਾ ਪਿਜ਼ਾ ਮੂੰਹ ਕਰਕੇ ਆਦੀ ਏ ਨਾਲੇ ਅੰਮਾ ਨਹੀਂ ਹੈ ਨਾਲੇ ਨਹੀਂ, ਹਟ ਜਾ, ਕਦੀ ਮਾਵਾਂ ਵੀ ਧੀਆਂ ਦੇ ਪਰਦੇ ਛੱਡ। ਪਰ ਮੈਂ ਅੱਜ ਦਿਨ ਵਾਸਤੇ ਮੈਂ ਸ਼ਾਮ ਆਈ ਹਾਂ, ਹਟਾਇਆ ਗਿਆ ਮੈਂ ਕਮੈਂਡ ਕਰਾਂਗਾ। ਕੁੱਤੇ ਦਾ ਬੱਚਾ ਬੋਲ ਕੇ ਆਦਾ, ਤੇਰਾ ਨਾਂ ਜ਼ੈਨਬ ਹੈ, ਸੱਜਾ ਨਹੀਂ ਰਾਤ ਰੁਣਨਾ, ਜਿਸ ਵੇਲੇ ਕੁੱਤੇ ਪੁੱਛੇ ਨਾ ਤੇਰਾ ਨਾਂ ਜ਼ੈਨਬ, ਖਲੋਤਾ ਸੱਜਾਦ ਮੂੰਹ ਦੇ ਬਾਹਰ ਦਰਬਾਰੇ ਜਾਣਦਾ ਹੈ, ਤੇ ਕਰਬਲਾ ਮੂੰਹ ਕਰਕੇ ਆਦਾ, ਚਾਚਾ ਗਾਜ਼ੀ ਸੌਖੇ ਕੀਤੇ ਜੇ, ਭੱਜਦੇ ਘੋੜੇ ਤੋਂ ਬਿਨ ਬਾਜ਼ੂਆਂ ਦੇ ਲਾਹਣਾ ਸੌਖਾ ਹੈ, ਬਦਮਾਸ਼ਾਂ ਦੇ ਮੂੰਹਾਂ ਚੋਂ ਮਾਂ ਦਾ ਨਾਂ ਸੁਣਨਾ। ਕਿਤਨੇ ਬਿਰਾ ਮਰੀਵੇ ਨੀ, ਫਰਮਾਇਆ ਨਾ, ਕਿੱਥੇ ਮਰੀਵੇ ਨੀ, ਫਰਮਾਇਆ ਕਰਬਲਾ। ਕੁੱਤੇ ਦਾ ਬੱਚਾ ਤੰਜ਼ਨ ਆਦਾ, ਬੜਾ ਹੌਸਲਾ ਤੇਰਾ, ਇੱਕ ਮੇਰਾ ਮਰੇ ਆਵੇ ਤੇ ਭੈਣ ਕੋਲ ਨਹੀਂ ਟੁਰਨ ਦਾ, ਨੌ ਮੇਰਾ ਮਰਾ ਕੇ ਤੂੰ ਟੁਰਦੀ ਫਿਰ, ਕਿਤਨੇ ਸ਼ਹਿਰਾਂ 'ਚ ਫਿਰਾਇਆ ਨੇ, ਫਰਮਾਇਆ ਛੱਤੀਆਂ 'ਚ ਤਕਲੀਫ ਕਿਤੇ ਚੌਖੀ ਹੋਈ ਆ, ਲਓ ਵਤਨੇ ਵਾਲਿਆ ਪੜ੍ਹ ਲਿਆ ਮੈਂ ਜੋ ਪੜ੍ਹਨਾ, ਇੱਕ ਵਹਿਣ ਕਰਨਾ ਜੀ ਬਈ ਸੈਯਦਾ, ਦਿਲ ਮੇਰੇ ਨੂੰ ਥੋੜ੍ਹੀ ਠੰਡ ਪੈ ਜਾਏਗੀ, ਰੋਸ ਹੋਣਾ ਰਹੇ ਹੋ ਜੀ, ਆਂਸੂ ਤੁਹਾਡੇ ਵਸ ਨਹੀਂ ਮੇਰੇ ਵਸ ਨਹੀਂ, ਅਗਰ ਮੇਰੇ ਕੋਲ ਤੁਹਾਡੇ ਆਂਸੂ ਹੋਣ ਨਾ ਮੈਂ ਵੰਡ ਦਿਆਂ ਇਹਨਾਂ ਕਨਾਤਾਂ 'ਚੋਂ ਆਂਸੂ ਗਿਰਨ, ਨਹੀਂ ਮੇਰੇ ਕੋਲ ਆਂਸੂ, ਮੁਸਾਫਰ ਹੈ ਸ਼ਾਮ ਦੀ ਖੈਰਾਤ, ਹਾਏ ਤੇਰੇ ਵਾਸੀ 'ਚ ਹਰ ਬੰਦੇ ਦੀ ਹਾਏ ਮੇਰੇ ਤੱਕ ਪਹੁੰਚੇ, ਵਰਨਾ ਸ਼ਾਹ ਪਰੇਸ਼ਾਨ ਹੋ ਕੇ ਜਾਏਗਾ। ਕੁੱਤੇ ਦਾ ਬੱਚਾ ਦਾ ਕਿਤਨੇ ਫਿਰਾ ਮਰੀਵੇ ਨਹੀਂ, ਫਰਮਾਇਆ ਨੋ, ਕਿੱਥੇ ਕਰਬਲਾ, ਕਿਤਨੇ ਸ਼ਹਿਰਾਂ 'ਚ ਫਿਰਾਏ ਨੇ, ਫਰਮਾਇਆ ਛੱਤੀਆਂ 'ਚੋਂ, ਬੇਗੈਰਤ ਇਬਨੇ ਬੇਗੈਰਤ ਬੋਲ ਕੇ ਦਾ, ਤਕਲੀਫ ਕਿਤੇ ਚੌਖੀ ਹੋਈ ਆ, ਫਰਮਾਇਆ ਹੁਣ ਸ਼ਰਾਬੀ ਸਰ ਨੂੰ ਝਟਕਾ ਮਾਰ ਕੇ ਕਹਿੰਦਾ ਇੱਥੇ ਕੀ ਹੋਏ, ਫਰਮਾਇਆ ਕੁੱਤਿਆ ਮੈਂ ਪਿਓ ਨਾਲ ਨਾਈਆ ਬੋਲਦੀ, ਉਹ ਮੇਰਾ ਲਹਿਜਾ ਮੇਰੇ ਤਰਜ਼ ਕਲਾਮ ਦੇ ਸੁਣਨ ਕੀਤੇ, ਮੇਰਾ ਬਾਬਾ ਟੁਰਿਆ ਲੋਹ।
ਮੈਂ ਸਦਕੇ ਆਵਾਂ, ਮੈਂ ਸਦਕੇ ਆਵਾਂ, ਮੈਂ ਸਦਕੇ ਆਵਾਂ, ਮੈਂ ਸਦਕੇ ਆਵਾਂ, ਮੈਂ ਸਦਕੇ ਆਵਾਂ। ਮੈਂ ਬਾਬੇ ਨਾਲ ਕਦੀ ਨਾ ਆ ਬੋਲੀ, ਉਹ ਹੀ ਜ਼ੈਨਬ ਤੈਂਜੇ ਸ਼ਰਾਬੀ ਨਾਲ। ਫਿਰ ਸੈਯਦਾ ਦੀ ਸ਼ਾਮ ਫਤਿਹ ਕਰ ਲਿਆ, ਬਾਵੀ ਤੂੰ ਨਿਮਾਜ਼ੀ ਬਣਾ ਲਿਆ, ਹਿਜ਼ਿਆਮ ਦਾ ਦਾਗ ਮਿਟਾ ਲਿਆ, ਬਿਨਾਂ ਚਾਦਰ ਸੈਯਦਾ ਦੀ ਸ਼ਾਮ ਫਤਿਹ ਕਰ ਲਿਆ। ਫਿਰ ਸੈਯਦਾ ਦੀ ਬੋਲੀ, ਉਸ ਕੁੱਤ ਜਬਨਤ ਤੋਂ ਲਾਕਾ, ਖਾਮੋਸ਼ ਕਮੀਜ਼ਾਂ ਦੀ ਔਲਾਦ, ਅਲਾਮਾ ਲਿਖਿਆ ਵਸ਼ਤਦਤ ਅਨਫਾਸ, ਜਿਹੜੇ ਦਰਬਾਰ ਵਿੱਚ ਕੁੱਤੇ ਸ਼ਰਾਬੀ ਬੈਠਣ ਸਾਹ ਰੁਕ ਗਏ, ਵਸਕਨਤ ਅਜਰਾਸ, ਘੰਟੀਆਂ ਦੀ ਆਵਾਜ਼ ਬੰਦ ਹੋ ਗਈ। ਐ ਪੀ ਉਹਦੇ ਲਹਿਜੇ ਫਿਰ ਸੈਯਦਾ ਦੀ ਬੋਲੀ, ਕੁੱਤੇ ਦੇ ਪੁੱਤਰ ਕੁਰਸੀਆਂ ਛੱਡ ਕੇ ਨੱਸਣ ਲੱਗ ਪਏ, ਤੇ ਉਸੇ ਵੇਲੇ ਮੂੰਹ ਨਜ਼ਫਲ ਕਰਕੇ ਆਦੀ, ਆਹ ਮੇਰਾ ਨਬੀਆਂ ਦਾ ਮੁਸ਼ਕਲ ਕੁਸ਼ਾ ਵਾਦਾ, ਐ ਸ਼ਾਮ ਆਈ ਆ ਜਿਹੜੀ ਫਤਿਹ ਨਾਈ ਹੋਈ, ਸਜੇ ਮੋਢੇ ਨਾਲ ਆਵਾਜ਼ ਹੋਈ, ਬਿਸਮਿਲਾ ਕਰਾਂ, ਉਹ ਮੇਰੇ ਪੁੱਤਰਾਂ ਤੋਂ ਵੱਧ ਕਹਿੰਦੀ, ਉਹ ਪਿਓ ਸਦਕੇ ਮੈਂ ਤੇ ਕਦਮ ਆਇਆ, ਮੈਂ ਹੈਰਾਨ ਹਾਂ, ਮੇਰੇ ਸਾਹਮਣੇ ਤੇ ਕੁਰਾਨ ਨਾ ਪੜ੍ਹਦੀ, ਬਦਮਾਸ਼ਾਂ 'ਚ ਖੁਤਬੇ ਕਿਵੇਂ ਪਏ। ਸ਼ਾਮ ਅਲੀ ਦੀ ਦੀ ਫਤਿਹ, ਇੱਟ ਇੱਟ 'ਚੋਂ ਆਵਾਜ਼ ਆਈ, ਬਾਵੀ ਨਾ ਨਿਮਾਜ਼ੀ ਆ। ਇਹ ਜਿਹੜੀ ਰਿਹਾਈ ਹੈ ਸੈਯਦਾਦੀ ਦੀ ਫਤਿਹ ਦੀ ਦਲੀਲ ਹੈ, ਖੁਦ ਇਸ ਰਿਹਾ ਕਿਤੇ ਨਿਕਲ ਜਾ ਮੇਰੀ ਸ਼ਾਮ, ਸ਼ਰਤਾਂ ਮਨਵਾਈਆਂ ਅਲੀ ਦੀ। ਤੁਸੀਂ ਖਰਚਾ ਕਰਦੇ ਹੋ ਨਾ ਜੀ, ਨਾਲੋ ਨਾਲ ਲਿਖ ਦਿਓ, ਅੱਜ ਇਤਨੇ ਲੱਗ ਗਏ ਨੇ, ਅੱਜ ਇਤਨੇ ਆ ਜਾਓ। ਕਸਮ ਖੁਦਾ ਦੀ ਵਤਨੇ ਵਾਲਿਆ, ਸੈਯਦਾ ਦੀ 28 ਰਜਬ ਦੀ ਡੀਗਰ ਖਰਚਾ ਸ਼ੁਰੂ ਕੀਤਾ, ਜਦੋਂ ਸ਼ਾਮ ਦੀ ਇੱਟ ਇੱਟ 'ਚ ਆਵਾਜ਼ ਆਈ, ਨਾ ਬਾਵੀ ਨਾ ਹੀ ਨਿਮਾਜ਼ੀ ਆਈ, ਪੁੱਤਰ ਦੇ ਮੋਢੇ 'ਤੇ ਰੱਖ ਕੇ ਹੱਥ ਆ ਦੀ, ਹੁਣ ਦੱਸ ਮੇਰਾ ਬੱਚਿਆ ਕੀ ਏ ਤੁਹਾਡਾ ਲੱਗਾ। ਜਿਗਰ ਦਾ ਖੂਨ ਸੱਜਾ ਦੀਆਂ ਖਚ ਬਹਿ ਰਿਹਾ, ਫਰਮਾਇਆ ਅੰਮਾ ਸਾਡਾ ਸਭ ਕੁਛ ਬਚ ਗਿਆ, ਤੁਹਾਡੇ 53 ਚੋਂ 3 ਰਹਿ ਗਏ, 120 ਮਜ਼ਦੂਰਾਂ 'ਚੋਂ 12 ਰਹਿ ਗਈਆਂ, 84 'ਚੋਂ 9 ਯਤੀਮ ਰਹਿ ਗਏ। ਫਿਰ ਮੈਂ ਸੱਜਾਦ, ਜੇ ਤੁਹਾਡਾ ਦੀਨ ਬਚ ਗਿਆ ਤੇ ਮੇਰਾ ਸਭ ਕੁਛ ਬਚ ਗਿਆ। ਤੁਰੋ ਸੱਜਾਦ ਮਦੀਨੇ ਜਾ ਕੇ ਨਾਨੇ ਨੂੰ ਦੱਸੀਏ, ਨਾਨਾ ਦੀਨ ਬਚ ਗਏ। ਉਹ ਫਿਰ ਨਾਨੇ ਨੂੰ ਦੱਸਣ ਵਾਸਤੇ ਅਲੀ ਦੀ ਧੀ ਸ਼ਾਮ ਵਿੱਚੋਂ ਮਦੀਨੇ ਆਈ, 53 ਮਹਮਲਾ 'ਚੋਂ 3 ਲੈ ਕੇ, 120 ਮਜ਼ਦੂਰਾਂ 'ਚੋਂ 12 ਲੈ ਕੇ, 84 ਬੱਚਿਆਂ 'ਚੋਂ 9 ਯਤੀਮ। ਮਦੀਨੇ ਦੇ ਬਾਹਰ ਪਹੁੰਚੀ, ਜਦੋਂ ਉਹਨਾਂ ਦੇ ਪੁੱਤਰ ਐਲਾਨ ਕੀਤਾ, ਅਲੀ ਦੇ 18 ਪੁੱਤਰਾਂ 'ਚੋਂ ਇੱਕੋ ਬਚ ਗਈ, ਮੁਹੰਮਦ ਹਨਫੀਆ, ਸਰਕਾਰ ਮੁਹੰਮਦ ਹਨਫੀਆ ਬਾਹਰ ਨਿਕਲੇ, ਇੱਕ ਖੈਮਾ 3 ਮਹਮਲ ਕਾਲਾ ਆਲਮ ਵੇਖ ਕੇ ਪਰੇਸ਼ਾਨ ਹੋਏ, ਫਰਮਾਇਆ ਸਾਡੇ ਤੇ 53 ਹਨ, ਇਹ ਕੌਣ ਨੇ? ਨਹੀਂ 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 ਨਹੀਂ, ਗਲਤ ਫਹਿਮੀ ਕਿਸੇ ਨੂੰ, ਸਾਡੇ ਨਹੀਂ, ਸਾਡੇ ਤੇ ਸ਼ਾਨੋ ਸ਼ੌਕਤ ਨਾਲ ਗਿਆ। ਖੈਮੇ ਤੋਂ ਬਾਹਰੋਂ ਹੀ ਵਾਪਸ ਮੁੜਨ ਲੱਗੇ ਤੇ ਸਈਦਾਂ ਦੀ ਮੋਸਨਾ ਫਿਜ਼ਾ ਖੈਮੇ ਦੇ ਬਾਹਰ ਮਿੱਟੀਆਂ 'ਤੇ ਬੈਠੀ, ਸੱਜਾ ਹੱਥ ਫਿਜ਼ਾ ਮੱਥੇ 'ਤੇ ਰੱਖਿਆ, ਉੱਚਾ ਬੋਲੀ, ਅਸਲਾਮੁ ਅਲੈਕ ਯਬਨਾ ਅਮੀਰ ਅਲ ਮੋਮਿਨੀਨ, ਅਲੀ ਦਾ ਪੁੱਤਰ ਮੇਰਾ ਸਲਾਮ, ਅਲੈਕਿ ਸਲਾਮ ਯਾ ਅਯਤੁ ਹਜ਼ੈਫਾ, ਵੱਡੀ ਅੰਮਾ ਮੇਰਾ ਵੀ ਸਲਾਮ, ਅੰਮਾ ਜੀ ਫਿਰ ਸਲਾਮ ਕਰ ਦਿਓ। ਫਰਮਾਇਆ ਲੱਖ ਲੱਖ ਵਾਰੀ ਕਰਾਂ, ਕਿਉਂ ਪੁੱਤਰ ਅਲੀ ਦਾ? ਫਰਮਾਇਆ ਤੁਹਾਡੇ ਲਹਿਜਾ ਸਾਡੀ ਫਿਜ਼ਾ ਨਾਲ, ਫਰਮਾਇਆ ਤੁਸੀਂ ਮੇਰੇ ਵੱਲ ਵੇਖਦੇ ਨਹੀਂ ਪਏ, ਮੇਰੇ ਵੱਲ ਵੇਖੋ ਨਾ, ਫਿਜ਼ਾ ਮੈਂ ਹਾਂ। ਹੈਰਾਨ ਹੋ ਕਹਿੰਦੇ ਤੇ ਤੇਰੇ ਨਾਲ ਮੇਰੀ ਭੈਣ ਜ਼ੈਨਬ ਵੀ ਗਈ ਹੈ। ਫਰਮਾਇਆ ਖੈਮੇ ਦੇ ਅੰਦਰ ਵੇਖ, ਜੁਰਤਾਂ ਵਾਲੇ ਪਿਓ ਦਾ ਪੁੱਤਰ ਸੱਜੇ ਹੱਥ ਨਾਲ ਖੈਮੇ ਦਾ ਪਰਦਾ ਹਟਾਇਆ, ਵਤਨੇ ਵਾਲਾ 12 ਬੀਵੀਆਂ ਮਿੱਟੀਆਂ 'ਤੇ ਅੱਠੀਆਂ, ਕੁਰਾਨ ਦੀ ਕਿਸਮ ਇੱਕ ਇੱਕ ਬੀਵੀ ਦਾ 2-2 ਵਾਰੀ ਚਿਹਰਾ ਵੇਖ ਕੇ, ਆਪਣੇ ਚਿਹਰੇ 'ਤੇ ਮੌਤ ਦੀਆਂ ਜ਼ਰਦੀਆਂ ਆ ਗਈਆਂ, ਅਤੇ ਪਿੱਛਾ ਵੇਖ ਕੇ ਦਿਨ ਫਿਜ਼ਾ ਉੱਠਣਾ ਦੱਸ ਇਹਨਾਂ 'ਚੋਂ ਜ਼ੈਨਬ ਕੇ ਕੱਲੀਆਂ ਟੇਕ ਕੇ ਉੱਠ ਕੇ ਆਦੀ, ਹੈ ਵੀਰ ਮੈਂ ਹੀ ਜ਼ੈਨਬ ਆ, ਮੈਂ ਹੀ ਅਲੀ ਦੀ ਧੀ ਆ, ਮੈਂ ਹੀ ਫਾਤਿਹਾ ਸ਼ਾਮ। ਇੰਜ ਫਿਰ ਉੱਜੜ ਕੇ ਆਈ ਸੱਕਾ ਫਿਰਾ। ਇੱਕ ਵਹਿਣ ਮੈਂ ਕਰਾਂ, ਜ਼ਿਆਦਾ ਮੈਂ ਪੜ੍ਹ ਗਿਆ। ਜਦਨ ਅਲੀ ਦੀ ਧੀ 28 ਰਜਬ ਨੂੰ ਮਦੀਨੇ ਟੁਰੀ ਆਈ, ਪੁੱਤਰ ਦੋਵੇਂ ਨਾਲ ਲੈ ਗਈ, ਧੀਆਂ ਦੋਵੇਂ ਘਰ ਛੋੜ ਗਈ। ਵੱਡੀ ਧੀ ਦਾ ਨਾਮ ਮੈਂ ਕਲਸੂਮ ਹੈ, ਕਲਸੂਮ ਸੈਨ ਨੂੰ ਖਲਵਾ ਕੇ ਆਲੀਆ ਫਰਮਾਇਆ, ਬੇਟਾ ਮੈਂ ਬਾਬੇ ਨੂੰ ਦਫਨਾ ਕੇ ਜਦੋਂ ਮਦੀਨੇ ਪਹੁੰਚੀਆਂ, ਸਵਾਲੀਆਂ ਨੂੰ ਸ਼ੱਕ ਹੀ ਅਲੀ ਦਾ ਬੂਆ ਬੰਦ ਹੋ ਗਿਆ, ਮੈਂ ਸਪੈਸ਼ਲ ਐਲਾਨ ਕੀਤਾ ਮੇਰੇ ਪਿਓ ਦਾ ਬੂਆ ਖੁੱਲ੍ਹਾ, ਉਈਆਂ ਹੀ ਮੰਗਣ ਵਾਲੇ ਆਵਾਂ, ਮੈਂ ਅਲੀ ਦੀ ਧੀ ਕਿਸੇ ਨੂੰ ਖਾਲੀ ਨਹੀਂ ਟੋਰਾਂਗੀ। ਉਹ ਬੇਟਾ ਸਾਡੇ ਦਰਵਾਜ਼ੇ ਤੋਂ ਮੰਗਣ ਦਾ ਸਿਲਸਿਲਾ ਜਾਰੀ ਹੈ, ਮੈਂ ਟੁਰ ਚੱਲੀ ਹਾਂ ਤੁਹਾਡੇ ਮਾਮਿਆਂ ਨਾਲ, ਮੇਰੇ ਬਾਅਦ ਮੇਰੇ ਘਰ ਦਾ ਬੂਆ ਬੰਦ ਨਾ ਹੋਵੇ। ਉਈਆਂ ਹੀ ਬੇਟਾ, ਕਿਸੇ ਸ਼ਹਿਰ ਦੀ ਕਮੀ ਨਹੀਂ ਨਾ, ਕਿਹੜਾ ਸਵਾਲ ਹੀ ਆਵੇ ਜੋ ਮੰਗੇ ਉਸਨੂੰ ਦੇਣਾ। ਅਤੇ ਕਲਸੂਮ ਇੱਕ ਗੱਲ ਦਾ ਖਿਆਲ ਰੱਖੀ, ਮੇਰੇ ਬਾਅਦ ਕਿਸੇ ਸਵਾਲੀ ਨੂੰ ਦਰ 'ਤੇ ਜ਼ਿਆਦਾ ਦੇਰ ਬਿਠਾਉਣਾ। ਮੁੱਕ ਗਈ ਬਈ ਮੇਰੀ ਮਜਲਸ। ਮੁਹੰਮਦ ਹਨਫੀਆ ਜਦੋਂ ਨਹੀਂ ਨਾ ਪਹਿਚਾਣਿਆ,
مدینے داخل ہوئی تے میری سینا دی اپنے آپ نو اج اپنے گھر جا کے ویکھاں او دھیاں میں پہچان دیاں نانے دا دین بچاندے بچاندے میری یہ حالت ہو گئی کیا بیٹیاں پہچان دیاں ایک واری میرے ویکھو جی میں محنتاں شروع کراں جی اے جی میں چار دیواری کنات بنی ہے سیداں دا وسط ویلے چار دیواری اکو ہی آئی چالی گھراں دی اکو ہی وڈا دروازہ اس نو لگدا ہے چالی گھراں کوئی نکل رہا تو اس دروازے چوں آمدہ ہی تو اس دروازے وڈے دروازے جناب عباس پارا دیندے ہیں علی دی دھی اسے مین دروازے چ داخل ہوئیے اس دروازے دیوار نال علی دیا دھیاں دے گھر نے اس دیوار نال علی دے پتراں دے گھر اتوں سیدہ دی ٹردی ٹردی اس سینے چ گزردی اپنے گھراں دے بند بوئے ویکھے وطنے والے تسلی چ رہی رنی سہی لیکن رہی مطمئن اتھے کھلو کے پردے دار جملہ سمجھن گے جس لے علی دی دھی اینج منہ کیتے تے نو بھیراواں دے گھر بند نظر آئے وطنے والے جس بہن نوں پتا وے میرے بھیراواں دے بوئے بند نے تے کھولن والا کوئی نہیں پھر سیدادی کھلو نہیں سکی باندھی باندھی مٹی تے بہ گئی اے جتھے میری سین بیٹھی ہے ایسے گھر دے اندر میری سین دیاں دوویں دھیاں زہرین دے بعد قرآن پیاں پڑھ دیاں بچیاں نوں نہیں پتا باہر اماں آ گئی بان دی حالت کنڈ ہو گئی اپنے گھر وال منہ ہو گیا بھیراواں دے گھر کالا میلا برقع سر تے زمین تے بیٹھی ہے کنڈ اپنے گھر والے ایک ایک بھیرا دا بند بو اوے دی آئی وین کر دی تے وطن والے جدن عباس بھیرا دا بند بو اوے وین بس اچنا ریا اچا وین کر کے دیے کتھے ٹر گئے ہو پارے دے منا لے شیاں سنیا میری سین دا وین بلند ہویا دھیاں تو ماواں دے لہجے نہیں بول دے دھیاں دے ہتھاں تو قرآن تڑپ گیا وڈی دھی قرآن بند کر کے چھوٹی بہن دے مونڈے تے اترا کیا دیے بند کر قرآن ایں لگدا اے جویں باہر اماں زینب آ گئی دھیاں قرآن بند کر کے گھراں چوٹھیاں اپنے گھر دا دروازہ کھولیا جڑا چالی گھراں دے سانجے سینے وچ کھلدا اے جنہاں بندیاں دے ذہن وچ پہلا نقشہ موجود ہے دھیاں کے دروازہ کھولیا سامنے سینی ڈٹھے کوئی ضعیف ہے جدا میلا لباس جدے والا جفاق مٹیاں تے بیٹھی ہے سجا زخمی ہاتھ نال مٹیاں تے لی کے مار کے پیا دیے نہیں بھولدا تیرا بھج دے گھوڑے تو لانا اتنے میری سین دا وین بلان دے اودے دھیاں کنڈ والے پاسے کھلو کے پویندیاں نے وین سنے لہجہ پہچانیا اخیر نکی کھلوتی رہی وڈی ٹردی ٹردی سینے چا گئی اس تو وڈا اشارہ مصیب دا میں کے کرنا ہے سال دے بعد وطن والے سکی دھی ماں دے کول بہ کے پیا دی ای ضعیفا میں صدقے ہوا میں صدقے ہوا میں صدقے ہوا جی کرا فرمائے ضعیفہ بی بی ساڈے دروازے تے مٹی تے بانا منائے کس دی فرمائے ساڈی اما پاک دی کتھے تہاڈی اما فرمایا مامیاں نال عراق ٹر گئی ہے کیوں گئی ہے فرمایا مامیاں دا دین نہیں بچدا ٹردی واری آ گئی ہے میرے گھر دے دروازے تے کسے سوالاں نوں نہیں بٹھانا میری سینا دی اے کس آکھیا جے میں سوال لینا میں کوئی منگن والی تے نہیں جی کون ہو فرمایا میں پردیساں کتھوں آئے ہو فرمایا لمبے سفر کیتے نے شیعہ بندے تو دی آئے نکلے تہاڈا وطن کیڑا ہے فرمایا شام شام دی بی بی تہاڈا نا کے فرمایا امل مسائب بی بی اتھے کیوں آئے ہو فرمایا محمد مصطفیٰ دا سلام کرنا ہے بچیا دی اٹھو نا او ساڈے نانے دی قبر کرو سلام فرمایا میں کر آئی ہوں اتھے کیوں آئے ہو فرمایا میرا دل کیتے جس محمد دا سلام کیتے اسے دی اولاد گھر نا میں اولاد محمد گھراں دی زیارت کراں بچی ٹھڈا سا بھر کے دی ضعیفہ دیر نہ لائیے اج ساڈے گھر زیارت دے قابل نہیں رہ گئے اُدنا میں آ جدن اما زینب وسدی آئی جدن اما وسدی آئی ایتھے فرشتے اپنیاں نوکریاں دا کیا بات ہے کیا بات ہے میں صدقے ہوں پر میں بیٹا تیری مہربانی بچیا دی ضعیفہ اکو گل جے کوئی شے چاہی دی سن دسو اسی دی جے جانے تے ٹر جاؤ ساڈے دروازے تے مٹی تے نہیں بانا ساڈا بابا جان وی ناراض ہوندا ہے علی دی آواز کتھے تہاڈا بابا فرمائے زہرین پڑھن مسجد وچ گئے ہوئے بالکل ساڈے بابے دے آون دا وقت ہو گیا میری سینا دی نہ آپ رو نہ من روا میں قسم دینی ہاں تہاڈا پیو ناراض نہ ہوسی میں جانا تہاڈا بابا جان تہاڈا بابا تہانوں کچھ نہ آکھ سی بچی حیران ہو کے دی بیٹھے کیوں فرمایا دو وجہ نے ایک تے میں تھکی بڑی ہاں
ਬੇਟਾ ਯਕੀਨ ਕਰ ਲਓ ਮੁੱਦਤ ਦੇ ਬਾਅਦ ਤੁਹਾਡੇ ਘਰ ਵਿੱਚ ਪਹਿਲੀ ਵਾਰੀ ਆਪਣੀ ਮਰਜ਼ੀ ਨਾਲ ਬੈਠ ਜਦੋਂ ਮੈਂ ਉਜੜੀ ਆਈ ਨੌ ਨੌ ਘੰਟੇ ਨਾ ਮੈਨੂੰ ਕੋਈ ਮਰਜ਼ੀ ਨਾਲ ਖਲੋਣ ਦਿੰਦਾ ਹੀ ਨਾ ਕੋਈ ਬਹਾਨ ਦਿੰਦਾ ਇੱਕ ਤੇ ਮੇਰਾ ਦਿਲ ਕਰਦਾ ਮੈਂ ਥੋੜ੍ਹੀ ਈਸਾਈ ਕਰ ਲਵਾਂ ਨਾਲੇ ਦੂਜਾ ਜਿੱਥੇ ਮੈਂ ਬੈਠੀ ਹਾਂ ਐਸੇ ਘਰ ਦੇ ਅੰਦਰ ਕੋਈ ਬੱਚਾ ਕੁਰਾਨ ਦੀ ਤਲਾਵਤ ਸੋਹਣੀ ਪਿਆ ਕਰਦਾ ਹੈ ਐਡਾ ਸੋਹਣਾ ਲੈ ਜਾਈ ਮੈਂ ਬੱਚੇ ਦਾ ਕੁਰਾਨ ਸੁਣਨ ਪੈ ਗਈ ਹਾਂ ਬੱਚੀ ਆਦੀ ਇਹ ਅਸੀਂ ਪੜ੍ਹਿਆ ਕਿਸ ਕਿਸ ਫਰਮਾਇਆ ਮੈਂ ਤੇ ਮੇਰੀ ਛੋਟੀ ਭੈਣ ਆਲੀਆ ਦੀ ਆਵਾਜ਼ ਆਈ ਛੋਟੀ ਕਿੱਥੇ ਆ ਦੀ ਤੁਹਾਡੀ ਕੰਢ ਪਿੱਛੇ ਦਰਵਾਜ਼ੇ ਖਲੋਤੀ ਫਰਮਾਇਆ ਕਿੱਥੋਂ ਏਡੇ ਸੋਹਣੇ ਲੈ ਜੇ ਪਕਾਏ ਜੇ ਬੱਚੀ ਦਾ ਆਵਾਜ਼ ਆਈ ਜ਼ਈਫਾ ਤੁਹਾਨੂੰ ਨਹੀਂ ਪਤਾ ਲੈ ਜਾ ਸੀ ਆਪਣੀ ਅੰਮਾ ਜ਼ੈਨਬ ਤੋਂ ਸਿੱਖਿਆ ਅਜੇ ਤੁਸੀਂ ਸਾਥੋਂ ਕੁਰਾਨ ਸੁਣਿਆ ਸਾਡੀ ਅੰਮਾ ਤੋਂ ਨਹੀਂ ਸੁਣਿਆ ਜਦਣ ਅੰਮਾ ਪੜ੍ਹਦੀ ਆਈ ਸਾਡਾ ਨਾਨਾ ਅਲੀ ਛੁਪ ਛੁਪ ਕੇ ਸਾਡੀ ਅੰਮਾ ਦਾ ਕੁਰਾਨ ਸਾਡੇ ਨਾਨੇ ਤੂੰ ਮੁਸੱਲਾ ਛੁੱਟਦਾ ਹਾ ਨਾਨਾ ਸਤੂਨਾ ਦੇ ਓਲੇ ਲੈ ਲੈ ਕੇ ਫਰਮਾਇਆ ਨਹੀਂ ਤੁਸੀਂ ਵੀ ਸੋਹਣਾ ਪੜ੍ਹਦੀਆਂ ਉੱਠੋ ਨਾ ਮੈਨੂੰ ਕੁਰਾਨ ਸੁਣਾਓ ਬੱਚੀ ਕੋਸ਼ਿਸ਼ ਕਰਦੀ ਹੈ ਮੈਂ ਚਿਹਰਾ ਵੇਖਾ ਨਜ਼ਰ ਨਹੀਂ ਆਉਂਦਾ ਬੱਚੀ ਹਾਲੇ ਨਹੀਂ ਉੱਠੀ ਮੇਰੀ ਸੈਣ ਦਾ ਆਵਾਜ਼ ਹੈ ਤੁਸੀਂ ਸੈਯਦ ਜ਼ਾਦੀਆਂ ਹੋ ਜੀ ਆ ਫਰਮਾਇਆ ਸੈਯਦ ਜ਼ਾਦੀਆਂ ਦੇ ਦਰਵਾਜ਼ੇ ਤੋਂ ਖਾਲੀ ਕੋਈ ਨਹੀਂ ਜਾਂਦਾ ਉੱਠੋ ਨਾ ਮੈਨੂੰ ਕੁਰਾਨ ਸੁਣਾਓ ਇਹ ਜਿਹੜਾ ਪੜ੍ਹਦੀ ਹਾਂ ਉਹਦਾ ਵਾਸਤਾ ਜੇ ਮੈਨੂੰ ਥੋੜ੍ਹਾ ਜਿਹਾ ਸੁਣਾ ਦਿਓ ਮੈਂ ਕੋਈ ਚੌਖੇ ਦਿਨ ਮਦੀਨੇ ਦਾ ਮੈਂ ਟੁਰ ਜਾਣਾ ਆਪਣੇ ਵਤਨ ਤੇ ਕੇ ਯਾਦ ਕਰਸਾ ਮੈਂ ਸਹੀਦਾਂ ਦੇ ਬੂਹਿਆਂ ਤੋਂ ਖਾਲੀ ਆ ਗਈ ਮੁੱਕ ਗਈ ਉਹ ਵਤਨੇ ਵਾਲਿਆ ਮੇਰੀ ਮਜਲਸ ਬੱਚੀ ਉੱਠੀ ਏ ਜਿੱਥੇ ਨਿੱਕੀ ਦਰਵਾਜ਼ੇ 'ਚ ਖਲੋਤੀ ਏ ਬਹਿਣ ਦਾ ਹੱਥ ਪਕੜ ਕੇ ਦੀ ਟੋਰੇ ਨੂੰ ਕੁਰਾਨ ਸੁਣਾਈਏ ਬੈਠੀ ਰਹੀ ਸਾਕੀ ਉਹ ਕੋ ਸਰਦੀ ਧੀ ਬੱਚੀਆਂ ਆ ਕੇ ਮੁਸਲਿਆਂ ਤੇ ਕੁਰਾਨ ਖੋਲੇ ਖੋਲੇ ਦੁਆਨੇ ਨੇ ਪੜ੍ਹਨ ਦੁਆ ਤੋਂ ਨਹੀਂ ਹੋਇਆ ਵੱਡੀ ਪੜ੍ਹਦੀ ਰਹੀ ਹੈ ਨਿੱਕੀ ਦਾ ਕੁਰਾਨ ਖੁੱਲਾ ਰਹੇ ਅੱਖਾਂ ਵਸਲੀਆਂ ਰਹੀਆਂ ਕੁਰਾਨ ਦੇ ਵਰਕ ਪੁੱਛਦੇ ਰਹੇ ਨਾ ਪੰਜ ਐਤਾਂ ਵੱਡੀ ਪੜੀਆਂ ਨੇ ਨਿੱਕੀ ਬਹਿਣ ਦੇ ਮੋਢੇ ਤੇ ਹੱਥ ਰੱਖ ਕੇ ਦੀ ਪੜ੍ਹਨਾ ਉਸ ਕਿਤਨੀਆਂ ਮਿੰਨਤਾਂ ਕੀਤੀਆਂ ਵਤਨੇ ਵਾਲਿਆ ਨਿੱਕੀ ਰੋ ਕੇ ਆਦੀ ਅੰਮਾ ਦੀ ਜਾਈ ਤੂੰ ਪੜ੍ਹ ਮੈਥੋਂ ਨਹੀਂ ਪੜੀਂਦਾ ਕੇ ਬਣਿਆਈ ਆਦੀ ਇਹ ਨਾਰਾਜ਼ ਨਾ ਹੋਈ ਤੂੰ ਦੇ ਕੋਲ ਮਿੱਟੀਆਂ ਤੇ ਬੈਠੀ ਰਹੀ ਹੈ ਮੈਂ ਦਾਰੀ 'ਚ ਖਲੋ ਕੇ ਵੇਦੀ ਰਹੀ ਹਾਂ ਜ਼ਈਫਾ ਦੇ ਸਾਰੀ ਚੋਂ ਰੱਤ ਪਈ ਵਾਲੀ ਯਾਰ ਇੰਝ ਲੱਗਦਾ ਹੈ ਜਿਵੇਂ ਉਹਨੂੰ ਕੋਈ ਮਾਰਦਾ ਰਿਹਾ ਉਹਦੇ ਛੁੜਾਵੇਣ ਵਾਲਾ ਕੋਈ ਨਹੀਂ ਉਹਦੀ ਚਾਦਰ ਨਾਲ ਹਾਲੇ ਖੋਲ ਬੰਦ ਕਰ ਕੁਰਾਨ ਚੱਲ ਕੇ ਜ਼ਈਫਾ ਨੂੰ ਪੁੱਛੀ ਉਹਨੂੰ ਕਹਿ ਮਾਰਿਆ ਇਦੋਂ ਬੱਚੀਆਂ ਟੁਰੀਆਂ ਵਤਨੇ ਵਾਲਿਆ ਉਦੋਂ ਜਨਾਬ ਅਬਦੁੱਲਾ ਮਸਜਿਦ ਚ ਆ ਗਏ ਉੱਥੋਂ ਅਬਦੁੱਲਾ ਦਾਖਲ ਹੋਏ ਟੁਰਦੇ ਟੁਰਦੇ ਇੱਕ ਨਜ਼ਰ ਕੀਤੀ ਹੈ ਕੋਈ ਗੈਰ ਮਹਰਮ ਖਸਤਾ ਹਾਲ ਜ਼ਈਫਾ ਮੈਲਾ ਲਿਬਾਸ ਮਿੱਟੀਆਂ ਤੇ ਬੈਠੀ ਆਈ ਹੈ ਮਿੰਬਰ ਦੀ ਕਸਮ ਹੈ ਗੈਰ ਮਹਰਮ ਸਮਝ ਕੇ ਅਬਦੁੱਲਾ ਚੁੱਪ ਕਰਕੇ ਕੋਲੋਂ ਗੁਜ਼ਰ ਗਏ ਜਿਹੜੇ ਮਾਵਾਂ ਦੀਆਂ ਝੋਲੀਆਂ ਤੂੰ ਮਾਤਮੀ ਜੰਮੇ ਹੋ ਜਦਣ ਵਾਰ ਚੁੱਪ ਕਰਕੇ ਗੁਜ਼ਰਿਆ ਉਸ ਵੇਲੇ ਆਸਮਾਨ ਨਾਲ ਮੋਹ ਕਰਕੇ ਹੁਣ ਰਾਜ਼ੀ ਏ ਉਹ ਤੇਰਾ ਦੀਨ ਬਚ ਗਿਆ ਮੈਂ ਵੇੜੇ ਜਾਜ ਨਬੀ ਵਾਹ 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 ਸਦਕਾ ਬਾਈ ਸਦਕਾ ਗਰਮੀ ਜਿਹੜੇ ਥੱਕਣਾ ਨਹੀਂ ਜਿੱਥੇ ਮੇਰਾ ਦਿਲ ਹੈ ਮੈਂ ਉੱਥੇ ਪਹੁੰਚਾ ਅਬਦੁੱਲਾ ਆਪਣੇ ਘਰ ਦਾਖਲ ਹੋਏ ਅੱਗੋਂ ਬੱਚੀਆਂ ਰੋਂਦੀਆਂ ਆ ਰਹੀਆਂ ਵੱਡੀ ਧੀ ਕਲਸੂਮ ਕਲਸੂਮ ਬੇਟਾ ਬਾਹਰ ਕੌਣ ਹੈ ਬਾਬਾ ਕੋਈ ਪਰਦੇਸਣ ਹੈ ਪੁੱਛਿਆ ਜੀ ਉਹਦੀ ਗਰਜ਼ ਬਾਬਾ ਮੰਗਣ ਵਾਲੀ ਨਹੀਂ ਅਬਦੁੱਲਾ ਦੇ ਮੇਰਾ ਪੁੱਤਰ ਬਾਦੇ ਐਸੇ ਹੁੰਦੇ ਨੇ ਜਿਹਨਾਂ ਨੂੰ ਮੰਗਣ ਦਾ ਵਾਲ ਨਹੀਂ ਅਸੀਂ ਸੈਯਦ ਹਾਂ ਬਿਨ ਮੰਗਿਆ ਤਾਂ ਕਰਨੇ ਆ ਬਾਬਾ ਨਾ ਖਾਂਦੀ ਹੈ ਨਾ ਪੀਂਦੀ ਬਾਬਾ ਆਦੀਏ ਮੈਨੂੰ ਕੁਰਾਨ ਸੁਣਾਓ ਅੱਲਾ ਜਾਣੇ ਅਬਦੁੱਲਾ ਕੀ ਆਦੇ ਨਿੱਕੀ ਧੀ ਪਿਓ ਦਾ ਹੱਥ ਪਕੜ ਕੇ ਆਦੀ ਬਾਬਾ ਟੁਰੋ ਨਾ ਉਹਦੇ ਨਾਲ ਗੱਲਾਂ ਕਰੋ ਬੇਟਾ ਅਸੀਂ ਸੈਯਦਾਂ ਗੈਰ ਮਹਰਮਾਂ ਨਾਲ ਕਿਵੇਂ ਕਰੀਏ ਬੱਚੀ ਰੋ ਕੇ ਉਹਦੀ ਬਾਬਾ ਉਹਦੀ ਕੰਢ ਸਾਡੇ ਘਰ ਵਾਲੇ ਸਾਹਮਣੇ ਨਾ ਖਲੋ ਕੰਢ ਵਾਲੇ ਪਾਸੇ ਖਲੋ ਬਾਬਾ ਉਹਦੇ ਨਾਲ ਗੱਲਾਂ ਕਰ ਉਸਦੀਆਂ ਗੱਲਾਂ ਸੁਣਨਾ ਚਾਹੁੰਦੀਆਂ ਜਦਣ ਬੋਲਦੀ ਹੈ ਇੰਝ ਲੱਗਦਾ ਹੈ ਜਿਵੇਂ ਅੰਮਾ ਜ਼ੈਨਬ ਬੋਲੇ ਉਹਦਾ ਲਹਿਜਾ ਸਾਡੀ ਅੰਮਾ ਨਾ ਸਦਕੇ 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 ਅਬਦੁੱਲਾ ਟੁਰ ਪਏ ਮੁੱਕ ਗਈ ਮੇਰੀ ਮਜਲਸ ਦਰਵਾਜ਼ੇ ਖਲੋਤੇ ਸੱਜੇ ਖੱਬੇ ਧੀਆਂ ਕੰਡ ਆਈ ਮੇਰੀ ਸੈਣ ਦੀ ਘਰ ਵਾਲ ਕੰਡ ਵਾਲੇ ਪਾਸੇ ਵਾਰਸ ਖਲੋ ਕੇ ਪਿਆ ਜ਼ਈਫਾ ਜੀ ਕਰਾਂ ਫਰਮੈਂ ਬੱਚੀਆਂ ਦੀ ਮਾਂ ਘਰ ਕੋਈ ਨਹੀਂ ਜਿਹੜੀ ਸ਼ੈ ਦੀ ਲੋੜ ਹੈ ਮੈਨੂੰ ਦੱਸਦੇ ਹਾਂ ਜੀ ਕਿਸੇ ਸ਼ੈ ਦੀ ਨਹੀਂ ਲੋੜ ਫਰਮੈਂ ਅਸੀਂ ਸੈਯਦਾਂ ਇੱਥੋਂ ਹੀ ਫਰਿਸ਼ਤੇ ਮੰਗਦੇ ਨੇ ਅਰਸ਼ੀ ਫਰਿਸ਼ੀਆਂ ਦੇ ਮੰਗਣ ਦੀ ਯਾਦ ਸਾਡੇ ਘਰੋਂ ਮੰਗਣਾ ਗੁਨਾਹ ਨਹੀਂ ਇਬਾਦਤ ਤੇ ਮੰਗ ਮੈਂ ਦੇ ਅਸੀਂ ਸੈਯਦ ਹਾਂ ਅਸੀਂ ਕਿਸੇ ਨੂੰ ਖਾਲੀ ਨਹੀਂ ਟੋਲ ਫਰਮਾਇਆ ਜੋ ਮੰਗਾ ਦੇ ਸੋ ਹਾਂ ਫਰਮਾਇਆ ਮੈਂ ਸੈਯਦ ਹਾਂ ਰਈਸ ਆਜ਼ਮ ਜਾਫਰੇ ਤਿਆਰ ਦਾ ਮੈਂ ਪੁੱਤਰ ਫਰਮਾਇਆ ਫਿਰ ਉੱਥੇ ਨਾ ਖਲੋ ਪੁੱਤਰ ਜਾਫਰੇ ਤਿਆਰ ਦਾ ਉੱਥੇ ਆ
میرے سامنے کھلو میں منگا تو منت آ کر عبداللہ ٹورے دھیاں نال ٹر پیا ویکھنا میرے لے مٹھیاں تے علی دی دھی اوتھے سامنے عبداللہ کھلو تے سجے کھبے دھیاں لے ہن منگ آلیا زمین والے پاسو سر چایا برکے دے اندر ویکھے پہلی واری وارث نو ویکھے تے عبداللہ دیاں اکھاں بھنگا میری سہنا دی او پتر جعفر تیار دا کچھ دے نہیں اکھاں کھول مینوں ویکھ میں کون عبداللہ اکھاں گیا ترا کیا دن بی بی اللہ مان کر اسی سیداں غیر محرماں نو کدی نہیں ویکھیا غیر محرم دا نام آیا میری سین تلیاں ٹے کے مٹیاں ٹوٹ کے دی چاچے جایا نام محرم نہیں زینب مایا زینب دا نام آیا عبداللہ انج ڈکھے نے جی میں پکھی جھڑدا ہے مٹیاں تے جھڑے تڑپن لپے نے دھیاں تلیاں ملیاں نے ہوش آیا نے منہ تے ماتم کر کے دیں جے تو زینب عباس کن گئی آئی غازی دا نام آیا اچا وین کر کے دیے میرے مک گئے مان او پھر آمد جد شام غریب آیا گئی او میری چادر لے نہیں 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 جی میں میرا دل لے دھیاں تڑپ گئیاں پتہ لگے بچیاں نو ساڈی ماں ممبر دی قسم ہے دوویں دھیاں دوڑیاں نا آوندیاں دھیاں نو آلیا برکے جو ہتھ کڈ کے روکیا ہے ہتھ پئی کڈ دی آئی تے میری سین دے ہتھاں تے عبداللہ دی نگاہ پے گئی عبداللہ ویکھیا آلیاں دے کلائی تے زخماں دے نشاناں منہ تے ماتم کر کے دل میں عباس ارمان کوئی نہیں او نا محمد دا فکر نہیں اے دس تیرے ہاتھ کیوں زخمی نے رو رو کے پیا دیے شام دی کل تاریخ عبداللہ میں گسڑیاں تے لکھوائیے